ਸੱਚੇ ਪਾਤਸ਼ਾਹ ਸ਼ਬਦ ਗੁਰੂ ਰੋਹਾਨੀਅਤ ਦੇ ਰਹਿਬਰ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਾਵਨ ਹਜ਼ੂਰੀ ਵਿੱਚ ਸਭਾਏ ਮਾਨ ਹੋਏ ਬੈਠੇ ਗੁਰਮੁਖ ਪਿਆਰੇ ਸਤਸੰਗਿਓ ਲੜੀਵਾਰ ਵਿਚਾਰ ਵਿੱਚੋਂ ਜੋ ਪਾਵਨ ਸ਼ਬਦ ਆਪ ਜੀ ਨੇ ਸਰਵਨ ਕੀਤਾ ਹੈ ਇਹ ਅੰਮ੍ਰਿਤਮਈ ਬਾਣੀ ਭਗਤ ਕਬੀਰ ਜੀ ਨੇ ਉਚਾਰਨ ਕੀਤੀ ਹੈ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਸਰੂਪ ਵਿੱਚ ਗਉੜੀ ਰਾਗ ਵਿੱਚ ਇਹ ਅੰਮ੍ਰਿਤ ਵਚਨ ਸੁਭਾਏ ਮਾਨ ਨੇ ਭਗਤ ਕਬੀਰ ਜੀ ਨੇ ਅੱਜ ਦੇ ਸ਼ਬਦ ਵਿੱਚ ਕਿਸੇ ਜਿਗਿਆਸੂ ਦੇ ਸਵਾਲਾਂ ਦੇ ਜਵਾਬ ਦਿੱਤੇ ਨੇ ਕਿਵੇਂ ਉਹਨਾਂ ਨੇ ਇਹ ਉੱਤਮ ਅਵਸਥਾ ਪ੍ਰਾਪਤ ਕੀਤੀ ਏ ਇਸ ਸੰਬੰਧ ਵਿੱਚ ਸਾਰਾ ਸ਼ਬਦ ਹੈ ਕਿਸੇ ਨੇ ਪੁੱਛਿਆ ਲੱਗਦਾ ਹੈ ਕਿਵੇਂ ਜੀਵਨ ਦਾ ਮਨੋਰਥ ਸਿੱਧ ਹੋ ਸਕਦਾ ਹੈ ਕਿਵੇਂ ਬੰਦਾ ਸੁੰਨ ਵਿੱਚ ਸਮਾ ਸਕਦਾ ਹੈ ਕਿਵੇਂ ਇਸ ਭਵ ਸਾਗਰ ਤੋਂ ਪਾਰ ਜਾਇਆ ਜਾ ਸਕਦਾ ਹੈ ਇਹ ਅੰਦਰ ਜੋ ਬੰਦੇ ਦੇ ਇੱਕ ਬਹੁਤ ਮਹਾਨ ਕਲਪਨਾ ਦਾ ਕਿਲਾ ਹੈ ਇਹਨੂੰ ਕਾਦੇ ਨਾਲ ਤੋੜਿਆ ਜਾ ਸਕਦਾ ਹੈ ਇਹਨਾਂ ਸਾਰੇ ਸਵਾਲਾਂ ਦੇ ਜਵਾਬ ਵਿੱਚ ਕਬੀਰ ਜੀ ਨੇ ਸ਼ਬਦ ਉਚਾਰਨ ਕੀਤਾ ਹੈ ਜੀਵਤ ਮਰੈ ਸਰੀਰ ਦੇ ਜਿੰਨੇ ਵੀ ਸਵਾਦ ਨੇ ਇਹਨਾਂ ਵੱਲੋਂ ਇਹਨਾਂ ਨੂੰ ਨਾਸ਼ਮਾਨ ਸਮਝ ਕੇ ਛੱਡ ਕੇ ਸਰੀਰ ਦੇ ਜੀਵਨ ਵੱਲੋਂ ਇਉਂ ਸਮਝੋ ਜੇ ਕੋਈ ਵਿਅਕਤੀ ਮਰ ਜਾਏ ਤੇ ਉਸ ਮੌਤ ਤੋਂ ਬਾਅਦ ਇੱਕ ਨਵਾਂ ਜੀਵਨ ਸ਼ੁਰੂ ਹੁੰਦਾ ਹੈ ਜਿਸ ਨੂੰ ਕਬੀਰ ਜੀ ਅਨੁਭਵ ਦੇਖਿਆ ਕਹਿੰਦੇ ਨੇ ਭਾਬ ਉਹਨਾਂ ਨੇ ਆਪਣੀ ਤਜਰਬੇ ਵਿੱਚ ਆਪਣੀ ਜੀਵਨ ਵਿੱਚ ਉਸ ਅਵਸਥਾ ਨੂੰ ਹੰਡਾ ਕੇ ਵੇਖਿਆ ਜਿੱਥੇ ਸਰੀਰ ਦੀ ਇੱਕ ਮੌਤ ਤੋਂ ਬਾਅਦ ਨਵੇਂ ਸਰੀਰ ਦਾ ਜਨਮ ਹੁੰਦਾ ਹੈ ਨਵੀਂ ਦੁਨੀਆ ਨਾਲ ਸੰਬੰਧ ਜੁੜਦਾ ਹੈ ਕਬੀਰ ਜੀ ਇਸ ਭਾਵਨ ਸ਼ਬਦ ਵਿੱਚ ਕੀ ਕਿਰਪਾ ਕਰ ਰਹੇ ਨੇ ਆਓ ਸਾਧ ਸੰਗਤ ਵਿਸਤਾਰ ਵਿੱਚ ਵਿਚਾਰ ਆਰੰਭਣ ਤੋਂ ਪਹਿਲਾਂ ਸਮੂਹ ਸਾਦ ਸੰਗਤ ਕਰੋ ਕਿਰਪਾਲਤਾ ਰਸਨਾ ਕਰੋ ਪਵਿੱਤਰ ਔਰ ਉਚਾਰਨ ਕਰੋ ਜੀ ਸਤਨਾਮ ਸ੍ਰੀ ਵਾਹਿਗੁਰੂ ਫਿਰ ਉਚਾਰਨ ਕਰੋ ਜੀ ਸਤਨਾਮ ਸ੍ਰੀ ਵਾਹਿਗੁਰੂ ਵਾਹਿਗੁਰੂ ਸਾਹਿਬ ਜੀਓ ਜੀਵਤ ਮਰੈ ਮਰ ਫਨ ਜੀਵੈ ਐਸੇ ਸੁਨ ਸਮਾਇਆ ਇਸ ਪੰਕਤੀ ਵਿੱਚ ਸੁਨ ਵਿੱਚ ਜਾਣ ਵਾਸਤੇ ਪਰਯੋਜਨ ਹੈ ਕਿ ਮਨੁੱਖ ਨੇ ਸੁਨ ਵਿੱਚ ਜਾਣਾ ਹੈ ਇਹ ਜਿਹੜਾ ਸੁਨ ਸ਼ਬਦ ਹੈ ਇਹਦੇ ਅਰਥ ਬਹੁਪੱਖੀ ਨੇ ਸੁਨ ਦਾ ਅਰਥ ਗਿਣਤੀ ਦਾ ਸ਼ੂਨਿਆ ਵੀ ਹੈ ਜਿਹਨੂੰ ਆਪਾਂ ਜ਼ੀਰੋ ਕਹਿੰਦੇ ਆ ਸੁੰਨ ਦਾ ਅਰਥ ਖਾਲੀ ਥਾਂ ਵੀ ਹੈ ਜਿਸ ਥਾਂ ਵਿੱਚ ਕੁਝ ਨਾ ਹੋਵੇ ਤੇ ਸੁੰਨ ਦਾ ਅਰਥ ਆਖਰੀ ਅਵਸਥਾ ਵੀ ਹੈ ਜਿਹਦੇ ਤੋਂ ਅੱਗੇ ਹੋਰ ਕੁਝ ਨਹੀਂ ਹੈ ਇਹ ਤਿੰਨ ਚੀਜ਼ਾਂ ਤਿੰਨ ਅਰਥ ਨੇ ਇੱਕ ਤੇ ਸੁੰਨ ਦੇ ਅਰਥ ਨੇ ਸ਼ੂਨਿਆ ਜ਼ੀਰੋ ਦੂਸਰਾ ਸੁੰਨ ਦਾ ਅਰਥ ਹੈ ਖਾਲੀ ਥਾਂ ਤੇ ਤੀਸਰਾ ਸੁੰਨ ਦਾ ਅਰਥ ਹੈ ਗੁਰੂ ਕੇ ਸਵਾਰਿਓ ਜਿਸ ਤੋਂ ਅੱਗੇ ਜਾਣ ਲਈ ਕੁਝ ਨਹੀਂ ਬਚਦਾ ਜਿੱਥੇ ਆਖਰੀ ਅਵਸਥਾ ਆ ਜਾਂਦੀ ਹੈ ਉਹਨੂੰ ਸੁੰਨ ਕਹਿੰਦੇ ਕਿਉਂਕਿ ਪਰਮੇਸ਼ਰ ਦੀ ਜਿਹੜੀ ਖਾਸ ਅਵਸਥਾ ਹੈ ਉਹ ਸੁੰਨ ਹੈ ਸੁੰਨ ਸਮਾਦੀ ਆਪ ਉਹ ਆਪ ਕਿਹੜੀ ਅਵਸਥਾ ਵਿੱਚ ਰਹਿੰਦਾ ਉਹਨੂੰ ਸੁੰਨ ਕਹਿੰਦੇ ਧਿਆਨ ਦਿਓ ਜਿੰਨੀਆਂ ਵੀ ਗਿੰਤੀਆਂ ਨੇ ਉਹ ਸਿਰੇ ਨਹੀਂ ਲਾਉਂਦੀਆਂ ਭਾਵੇਂ ਅੱਗੇ ਆਪਾਂ ਜਿੰਨਾ ਮਰਜ਼ੀ ਚਲੇ ਜਾਈਏ ਇੱਕ ਤੋਂ ਲੈ ਕੇ ਹਜ਼ਾਰ ਤੱਕ ਲੱਖ ਤੱਕ ਕਰੋੜ ਤੱਕ ਅਰਬ ਤੱਕ ਖਰਬ ਤੱਕ ਨੀਲ ਤੱਕ ਅਨੀਲ ਤੱਕ ਇਹਨੂੰ ਜਿੰਨਾ ਮਰਜ਼ੀ ਅੱਗੇ ਗਿਣੀ ਜਾਈਏ ਪਰ ਬੰਦੇ ਨੂੰ ਸਥਾਉ ਨਹੀਂ ਲੱਗਦਾ ਵੀ ਅੱਗੇ ਹੋਰ ਫਿਰ ਗਿਣਤੀ ਵੱਜ ਜਾਂਦੀ ਮਨੁੱਖ ਦੇ ਜੀਵਨ ਦਾ ਸਵਾਲ ਨਹੀਂ ਹੱਲ ਕਰਦੀ ਅੱਗੇ ਵਾਲੀ ਗਿਣਤੀ ਅੱਗੇ ਗਿਆ ਮਨੁੱਖ ਕਦੀ ਵੀ ਜੀਵਨ ਵਿੱਚ ਪ੍ਰਾਪਤੀ ਨਹੀਂ ਕਰ ਸਕਦਾ ਜਿੰਨਾ ਮਰਜੀ ਗਿਣ ਲੈ ਦਿਨਾ ਮਰਜੀ ਦੌੜਦਾ ਰਹੇ ਅੱਗੇ ਮੂੰਹ ਕਰਕੇ ਸਾਰੀ ਗਿਣਤੀ ਦਾ ਮੁੱਢ ਜ਼ੀਰੋ ਹੈ ਭਾਵੇਂ ਅਸੀਂ ਕਹਿੰਨੇ ਆ ਇੱਕ ਤੋਂ ਗਿਣਤੀ ਸ਼ੁਰੂ ਹੁੰਦੀ ਜਿੰਨੀ ਵੀ ਗਿਣਤੀ ਹੈ ਹਿਸਾਬ ਦੇ ਅੰਦਰ ਮੈਥ ਦੇ ਅੰਦਰ ਜੇ ਉਹਨੂੰ ਅੱਗੇ ਨੂੰ ਗਿਣੀਏ ਤੇ ਬੰਦਾ ਥੱਕ ਟੁੱਟ ਜਾਏਗਾ ਪਰ ਉਹਦੀ ਅੰਤ ਨਹੀਂ ਆਏਗਾ ਨਾ ਉਹਦੇ ਬਾਰੇ ਹੱਲ ਕੀਤਾ ਜਾਏਗਾ ਵੀ ਇੱਥੋਂ ਤੱਕ ਅਸਾਂ ਗਿਣ ਲਿਆ ਏਦੋਂ ਅੱਗੇ ਹੁਣ ਗਿਣਤੀ ਖਤਮ ਹੋ ਗਈ ਏ ਐਸਾ ਨਹੀਂ ਕਿਹਾ ਜਾ ਸਕਦਾ ਤੇ ਜੇ ਕੋਈ ਪ੍ਰਾਪਤੀ ਕਰਨੀ ਏ ਤੇ ਸਾਨੂੰ ਅੱਗੇ ਜਾਣ ਦੀ ਬਜਾਏ ਵਾਪਸ ਮੁੜਨਾ ਪਵੇਗਾ ਵਾਪਸ ਦਾ ਅਰਥ ਜਿੱਥੋਂ ਇਹ ਗਿਣਤੀ ਸ਼ੁਰੂ ਹੋਈ ਸੀ ਇਹ ਜਿਹੜਾ ਸਾਡਾ ਜੀਵਨ ਹੈ ਨਾ ਇਹ ਜਿਵੇਂ ਆਪਾਂ ਤੁਰ ਰਹੇ ਹਾਂ ਬਾਹਰੀ ਦੁਨੀਆ ਦੇ ਨਾਲ ਸਬੰਧਿਤ ਹੋ ਕੇ ਜਿੰਨੇ ਜਨਮ ਧਾਰਨ ਕਰ ਰਹੇ ਹਾਂ ਜਿੰਨੀਆਂ ਵਾਸ਼ਨਾਵਾਂ ਵੱਧ ਰਹੀਆਂ ਨੇ ਇਹ ਇਸ ਤਰ੍ਹਾਂ ਜਿਵੇਂ ਗਿਣਤੀ ਨੂੰ ਅੱਗੇ ਗਿਣਦੇ ਜਾਈਏ ਪਰ ਅੱਗੇ ਕਦੀ ਗਿਣਤੀਆਂ ਨਹੀਂ ਮੁੱਕਦੀਆਂ ਗਿਣਤੀ ਵਿੱਚ ਟਿਕਾਉ ਉਦੋਂ ਆਉਂਦਾ ਜਦੋਂ ਬੰਦਾ ਪਿਛਾਂ ਨੂੰ ਗਿਣਨਾ ਸ਼ੁਰੂ ਕਰ ਦਿੰਦਾ ਹੈ ਵਾਪਸ ਆਉਣਾ ਸ਼ੁਰੂ ਕਰ ਦਿੰਦਾ ਹੈ 10 ਤੋਂ 9 8 7 6 5 ਇਸ ਲਈ ਕੁਝ ਲੋਕ ਇਸ ਚੀਜ਼ ਦਾ ਅਭਿਆਸ ਕਰਾਉਂਦੇ ਨੇ ਕਿ ਮਨ ਨੂੰ ਟਿਕਾਣ ਵਾਸਤੇ ਵਾਪਸ ਦੀ ਗਿਣਤੀ ਕਰੋ 100 ਤੋਂ ਲੈ ਕੇ 1। ਇਤੋਂ ਤੱਕ ਮਨਸਵਿਦ ਜਿਹੜੇ ਨੇ ਜਿਹੜੇ ਮਨਸਵਿਦ ਕਾਉਂਸਲਿੰਗ ਕਰਦੇ ਨੇ ਮਾਨਸਿਕ ਰੋਗੀਆਂ ਦੇ ਨਾਲ ਉਹ ਵੀ ਇਹ ਤਰੀਕਾ ਦੱਸਦੇ ਨੇ ਦਾ ਕਾਰਨ ਕੀ ਸੀ ਧਿਆਨ ਦਿਓ ਉਹ ਵੀ ਮਰੀਜ਼ ਨੂੰ ਇਹ ਕਹਿਣਗੇ ਜਦੋਂ ਤੁਸੀਂ ਬੈਠਣਾ ਹੈ ਤੇ ਤੁਸੀਂ ਵਾਪਸ ਨੂੰ ਗਿਣਤੀ ਕਰੋ 100 ਤੋਂ 99 98 97 96 ਵੱਲ ਤੁਰਦੇ ਜਾਓ ਤੇ 1 ਤੋਂ ਲੈ ਕੇ 0 ਤੱਕ ਚਲੇ ਜਾ ਉਹਦਾ ਕਾਰਨ ਕੀ ਹੈ ਉਹਦਾ ਕਾਰਨ ਇਹ ਵੀ ਹੈ ਵੀ ਅੱਗੇ ਗਿਆ ਕਦੀ ਗਿਣਤੀਆਂ ਨਹੀਂ ਮੁੱਕਦੀਆਂ ਗਿਣਤੀ ਤੇ ਉਦੋਂ ਸਮਾਪਤ ਹੁੰਦੀ ਹੈ ਜਦੋਂ ਬੰਦਾ 1 ਤੋਂ ਪਿੱਛੋਂ ਸੁੰਨ ਵਿੱਚ 0 ਵਿੱਚ ਚਲਾ ਜਾਏ ਭਾਵ ਉਸ ਤੋਂ ਅੱਗੇ ਕੁਝ ਨਹੀਂ ਹੈ ਅੱਜ ਕਬੀਰ ਸਾਹਿਬ ਉਸ ਥਾਂ ਦੀ ਗੱਲ ਕਰਦੇ ਨੇ ਜਿੱਥੇ ਨਾ ਕੁਝ ਆਏ ਬੋ ਨਾ ਕਿਛ ਜਾਏ ਬੋ ਰਾਮ ਕੀ ਦੁਹਾਈ ਜ਼ੀਰੋ ਦੀ ਕੀ ਵਿਆਖਿਆ ਕਰਾਂਗੇ ਨਾ ਉਹਨੂੰ ਗਿਣ ਸਕਨੇ ਆ ਨਾ ਜ਼ੀਰੋ ਦੇ ਹਿੱਸੇ ਹੋ ਸਕਦੇ ਨੇ ਇੱਕ ਦੀ ਵੀ ਵਿਆਖਿਆ ਹੋ ਸਕਦੀ ਹੈ ਜਿਹੜਾ ਇੱਕ ਸ਼ਬਦ ਹੈ ਉਹਨੂੰ ਆਪਾਂ 10 ਹਿੱਸਿਆਂ ਵਿੱਚ ਵੀ ਵੰਡ ਸਕਦੇ ਆ ਚਾਹੂ ਵਿੱਚ ਵੀ ਛੀਆਂ ਵਿੱਚ ਵੀ 100 ਵਿੱਚ ਵੀ ਉਹਨੂੰ 200 ਵਿੱਚ ਵੀ ਵੰਡਿਆ ਜਾ ਸਕਦਾ ਪਰ ਜਿਹੜੀ ਜ਼ੀਰੋ ਹੈ ਨਾ ਜ਼ੀਰੋ ਦੇ ਆਪਾਂ ਟੁਕੜੇ ਨਹੀਂ ਕਰ ਸਕਦੇ ਉਹਨੂੰ ਹੋਰ ਨਹੀਂ ਤੋੜਿਆ ਜਾ ਸਕਦਾ ਇਹਦੇ ਅਰਥ ਨੇ ਕਿ ਇਸ ਸਮਸਤ ਦੁਨੀਆ ਦਾ ਆਖਰੀ ਤੱਤ ਜਿਹਨੂੰ ਖੰਡਿਤ ਨਹੀਂ ਕੀਤਾ ਜਾ ਸਕਦਾ ਸੰਸਾਰ ਦੇ ਵਿਗਿਆਨ ਨੇ ਅੱਜ ਤੱਕ ਉਸ ਸੁੰਨ ਨੂੰ ਤੋੜਨ ਦਾ ਯਤਨ ਕੀਤਾ ਹੈ ਜਿਹੜਾ ਇਸ ਬ੍ਰਹਿਮੰਡ ਦਾ ਆਖਰੀ ਕਣ ਹੈ ਪਰ ਕੋਈ ਵੀ ਇਹਨੂੰ ਤੋੜ ਨਹੀਂ ਸਕਿਆ ਉਸ ਕਣ ਨੂੰ ਏਕ ਵਿਗਿਆਨ ਦਾ ਵਿਸ਼ਾ ਹੈ ਕਿ ਜ਼ੀਰੋ ਜਿਹੜੀ ਹੈ ਇਹਦਾ ਕੋਈ ਥਾਂ ਨਹੀਂ ਪਾ ਸਕਦਾ ਸੁੰਨ ਦਾ ਕੋਈ ਅੰਤ ਨਹੀਂ ਲੈ ਸਕਦਾ ਸੁੰਨ ਦੇ ਵਿੱਚ ਹੀ ਜੀਵਨ ਦੀ ਸਮਾਪਤੀ ਹੁੰਦੀ ਹੈ ਕਿਉਂਕਿ ਜੀਵਨ ਦੀ ਚਰਿਹੇ ਇੱਥੋਂ ਸ਼ੁਰੂ ਹੋਈ ਸੀ ਜਿਵੇਂ ਇੱਕ ਬੀਜ ਆਪਣਾ ਸਫ਼ਰ ਸ਼ੁਰੂ ਕਰਦਾ ਹੈ ਉਹਦੇ ਅੱਗੇ ਭਾਵੇਂ ਕਿੰਨੇ ਬੀਜ ਵੱਧਦੇ ਜਾਣ ਪਰ ਉਹਦੀ ਯਾਤਰਾ ਇੱਕ ਬੀਜ ਤੋਂ ਸ਼ੁਰੂ ਹੋਈ ਏ ਜ਼ੀਰੋ ਦੇ ਭਾਵੇਂ ਬਣਦੇ ਨੇ ਕਬੀਰ ਸਾਹਿਬ ਕਹਿੰਦੇ ਨੇ ਕਿਸੇ ਸਵਾਲ ਕੀਤਾ ਇਸ ਅਫੁਰ ਅਵਸਥਾ ਵਿੱਚ ਕਿਵੇਂ जाया ਜਾਏ ਇਸ ਸੁੰਨ ਵਿੱਚ ਕਿਵੇਂ ਜਾਇਆ ਜਾਏ ਜਿੱਥੇ ਕੋਈ ਵੀ ਵਿਚਾਰ ਨਹੀਂ ਉੱਠਦਾ ਜਿੱਥੇ ਕੋਈ ਤਰੰਗ ਨਹੀਂ ਉੱਠਦੀ ਕੋਈ ਖਿਆਲ ਨਹੀਂ ਉੱਠਦਾ ਜਿਵੇਂ ਇੱਕ ਟਿਕਿਆ ਹੋਇਆ ਸਰੋਵਰ ਜਦੋਂ ਹਵਾ ਨਹੀਂ ਵਗਦੀ ਤੇ ਪਾਣੀ ਇਉਂ ਹੋ ਜਾਂਦਾ ਜਿਵੇਂ ਪੱਥਰ ਦਾ ਬਣਿਆ ਹੋਇਆ ਮਨ ਹੈ ਤਾਂ ਨਰਮ ਪਰ ਜਦੋਂ ਇਥੋਂ ਵਿਚਾਰਾਂ ਦੀ ਹਨੇਰੀ ਖਤਮ ਹੋ ਜਾਂਦੀ ਏ ਉਸ ਵੇਲੇ ਮਨ ਨਰਮ ਹੋਣ ਦੇ ਬਾਵਜੂਦ ਤਰਨ ਹੋਣ ਦੇ ਬਾਵਜੂਦ ਇੰਨਾ ਟਿਕ ਜਾਂਦਾ ਕਿ ਜਿਵੇਂ ਸਰੋਵਰ ਦਾ ਪਾਣੀ ਹਵਾ ਦੇ ਰੁਕਣ ਦੇ ਨਾਲ ਇੱਕੋ ਜਿਹਾ ਇੱਕ ਥਾਂ ਤੇ ਟਿਕਿਆ ਰਹਿੰਦਾ ਹੈ ਧਿਆਨ ਦਿਓ ਕਬੀਰ ਸਾਹਿਬ ਨੇ ਅੱਗੇ ਜਾ ਕੇ ਇਸ ਸੰਬੰਧ ਵਿੱਚ ਵਿਆਖਿਆ ਕੀਤੀ ਹੈ ਵੀ ਇਹ ਟਿਕਾ ਦੀ ਅਵਸਥਾ ਆਉਂਦੀ ਕਿਵੇਂ ਹੈ ਜਿਹਨੂੰ ਸੁੰਨ ਕਿਹਾ ਗਿਆ ਹੈ ਜਿਦੇ ਵਿੱਚ ਕੋਈ ਵਿਚਾਰ ਨਹੀਂ ਉੱਠਦਾ ਜਿਵੇਂ ਕੋਈ ਮਾਂਗ ਫੱਗਣ ਦੇ ਦਿਨਾਂ ਵਿੱਚ ਖਾਲੀ ਆਕਾਸ਼ ਹੋਵੇ ਜਿਦੇ ਵਿੱਚ ਨਾ ਕੋਈ ਧੂੜ ਉੱਡਦੀ ਹੈ ਨਾ ਕੋਈ ਬੱਦਲ ਹੈ ਬਿਲਕੁਲ ਸ਼ਾਂਤ ਤੇ ਟਿਕਿਆ ਹੋਇਆ ਆਕਾਸ਼ ਉਹ ਕਿਵੇਂ ਪ੍ਰਾਪਤ ਹੋ ਸਕਦਾ ਹੈ ਕਿਵੇਂ ਸਾਡੇ ਜੀਵਨ ਦੇ ਵਿੱਚ ਵਿਚਾਰਾਂ ਦੇ ਬੱਦਲ हट ਸਕਦੇ ਨੇ ਕਿਵੇਂ ਸਾਡੇ ਮਾਨਸਿਕ ਬ੍ਰਹਿਮੰਡ ਦੇ ਅੰਦਰ ਉੱਡਦੀ ਵਿਚਾਰਾਂ ਦੀ ਪਤੰਗ ਜਿਹਨੂੰ ਅੱਜ ਕਬੀਰ ਜੀ ਨੇ ਇੱਕ ਉਦਾਹਰਨ ਵਿੱਚ ਪੰਕਤੀ ਵਿੱਚ ਵਰਤਿਆ ਬੂਢੀ ਸ਼ਬਦ ਉਹ ਪਤੰਗ ਕਿਵੇਂ ਰੁਕ ਸਕਦੀ ਉੱਡਣ ਤੋਂ ਤੇ ਸਾਡੇ ਮਨ ਦਾ ਜਿਹੜਾ ਆਕਾਸ਼ ਜਿਹਦੇ ਵਿੱਚ ਦਿਨ ਰਾਤ ਇੰਨੇ ਉਪਦਰਵ ਇੰਨੇ ਖਿਆਲ ਇੰਨੇ ਵਿਚਾਰ ਉੱਠ ਰਹੇ ਨੇ ਉਹਨਾਂ ਨੂੰ ਕਿਵੇਂ ਤੋੜਿਆ ਜਾ ਸਕਦਾ ਹੈ ਕਿਉਂਕਿ ਜਿੰਨਾ ਚਿਰ ਵਿਚਾਰ ਨਹੀਂ ਟੁੱਟਦੇ ਉਹਨਾਂ ਚਿਰ ਅੰਦਰ ਖਾਲੀ ਨਹੀਂ ਹੁੰਦਾ ਤੇ ਜਿੰਨਾ ਚਿਰ ਅੰਦਰ ਖਾਲੀ ਨਹੀਂ ਹੁੰਦਾ ਉਹ ਅੰਦਰ ਉਹਨਾਂ ਚਿਰ ਨਾਮ ਨਹੀਂ ਟਿਕਦਾ ਵੇਖੋ ਆਪਾਂ ਨਾਮ ਕਿੰਨੇ ਚਿਰ ਦੇ ਜਪ ਰਹੇ ਹਾਂ ਬਾਣੀ ਕਿੰਨੇ ਚਿਰ ਦੀ ਪੜ੍ਹੀ ਹੈ ਆਪੋ ਆਪਣੀ ਧਰਮਾਂ ਦੇ ਅਨੁਸਾਰ ਹਰ ਇੱਕ ਮਨੁੱਖ ਯਤਨ ਕਰ ਰਿਹਾ ਪਰ ਗੁਰੂ ਕੇ ਸਵਾਰਿਓ ਇਹ ਵਿਚਾਰ ਘਟਨ ਦੀ ਬਜਾਏ ਹੋਰ ਡੂੰਘੇ ਹੋ ਗਏ ਨੇ ਇਹਨਾਂ ਨੇ ਫੜ ਲਿਆ ਬੰਦਾ ਇਹਨਾਂ ਵਿਚਾਰਕ ਬਣ ਗਿਆ ਕਿ ਉਹਨੂੰ ਵੇਖ ਕੇ ਕਈ ਵਾਰੀ ਇਉਂ ਪਰਦੇਸਤ ਹੁੰਦਾ ਹੈ ਵੀ ਧਰਮ ਦਾ ਤੇ ਇਹਦੇ ਅੰਦਰ ਬੀਜ ਵੀ ਕੋਈ ਨਹੀਂ ਹਰ ਇੱਕ ਚੀਜ਼ ਦੇ ਉੱਤੇ ਵਿਚਾਰ ਹਰ ਇੱਕ ਚੀਜ਼ ਦੇ ਉੱਤੇ ਤਰਕ ਹਰ ਇੱਕ ਚੀਜ਼ ਦੇ ਉੱਤੇ ਕਿੰਤੂ ਕਰਨਾ ਤਰਕ ਕਰਨਾ ਕਟਾਕਸ਼ਿਆ ਕਰਨਾ ਇਹ ਧਾਰਮਿਕ ਬੰਦੇ ਦੇ ਮਨ ਦੀ ਨਿਸ਼ਾਨੀ ਨਹੀਂ ਧਾਰਮਿਕ ਦੁਨੀਆ ਵਿੱਚ ਜਿਉਣ ਵਾਲਾ ਵਿਅਕਤੀ ਤੇ ਸਗੋਂ ਗੁਰੂ ਕੇ ਸਵਾਰਿਓ ਆਉਣ ਵਾਲੇ ਵਿਚਾਰਾਂ ਨੂੰ ਨਾਲੋਂ ਨਾਲ ਬਾਹਰ ਕੱਢੀ ਜਾਂਦਾ ਹੈ ਤੇ ਆਪਣੇ ਮਨ ਨੂੰ ਸ਼ਬਦ ਦੇ ਮਾਂਜੇ ਦੇ ਨਾਲ ਦਿਨ ਰਾਤ ਸਾਫ਼ ਰੱਖਦਾ ਹੈ ਗੁਰੂ ਕਲਗੀਧਰ ਪਾਤਸ਼ਾਹ ਜੀ ਨੇ ਜਿੱਥੇ ਆਪਣੇ ਹੱਥਾਂ ਨਾਲ ਤੇਗ ਵਾਹੀਏ ਗੁਰੂ ਕੇ ਸਵਾਰਿਓ ਉਥੇ ਕਲਮ ਦੇ ਬੜੇ ਧਣੀ ਨੇ ਉਹਨਾਂ ਨੇ ਅੰਦਰ ਨੂੰ ਸਾਫ ਸੁੰਨ ਵਿੱਚ ਲੈ ਜਾਣ ਵਾਸਤੇ ਕੁਝ ਬਚਨ ਵਰਤੇ ਨੇ ਸਹਿਬ ਉਸ ਮਨੁੱਖ ਬਾਰੇ ਬੋਲਦੇ ਨੇ ਕਹਿਣ ਲੱਗੇ ਉਸ ਮਨੁੱਖ ਦਾ ਆਇਆ ਹੋਇਆ ਸੰਸਾਰ ਵਿੱਚ ਧੰਨਤਾ ਦੇ ਯੋਗ ਹੈ ਕੌਣ ਜਿਹੜਾ ਗੁਰੂ ਕੇ ਸਵਾਰਿਓ ਆਪਣੇ ਚਿੱਤ ਦੇ ਅੰਦਰ ਤੇ ਮੂੰਹ ਵਿੱਚੋਂ ਨਾਮ ਜਪਦਾ ਤੇ ਚਿੱਤ ਦੇ ਨਾਲ ਇਹ ਖਿਆਲ ਰੱਖਦਾ ਹੈ ਵੀ ਆਪਣੇ ਮਨ ਵਿੱਚ ਉੱਠਣ ਵਾਲੇ ਵਿਚਾਰਾਂ ਨੂੰ ਮੈਂ ਕਿਵੇਂ ਖਤਮ ਕਰ ਦੇਵਾਂ ਧਨ ਜਿਉ ਤਿਹ ਕੋ ਜਗ ਮੈਂ ਮੁਖ ਤੇ ਹਰ ਚਿਤ ਮੈਂ ਜੁੱਧ ਵਿਚਾਰੇ ਕਿਉਂਕਿ ਉਸ ਨੂੰ ਪਤਾ ਹੈ ਦੇਹ ਅਨਿਤ ਇਹ ਦੇਹ ਜਿਹੜੀ ਹੈ ਨਾਸ਼ਮਾਨ ਹੈ ਮਰ ਜਾਣ ਵਾਲੀ ਹੈ ਦੇਹ ਅਨਿਤ ਨਾ ਨਿਤ ਰਹਿ ਇਹ ਨਿਤ ਨਹੀਂ ਰਹੇਗੀ ਜਸ ਨਾਭ ਚੜੇ ਤੇ ਉਹ ਮਨੁੱਖ ਪਰਮਾਤਮਾ ਦੀ ਜਸ ਰੂਪੀ ਨਾਮ ਦੇ ਅਰਥ 베ੜੀ ਤੇ ਚੜ ਕੇ ਭਵ ਸਾਗਰ ਤਾਰੈ ਆਪਣੀ ਜੀਵਨ ਨੂੰ ਇਸ ਭਵ ਸਾਗਰ ਸੰਸਾਰ ਤੋਂ ਤਾਰ ਦਿੰਦਾ ਹੈ ਹੋਰ ਉਹਦੇ ਅੰਦਰ ਬਚਨ ਕਹੇ ਨੇ ਕਿਵੇਂ ਮਨ ਦੇ ਵਿਚਾਰਾਂ ਨੂੰ ਤੋੜ ਕੇ ਹੀ ਬੰਦਾ ਨਾਮ ਨਾਲ ਜੁੜ ਸਕਦਾ ਹੈ ਸਹਿਬ ਕਹਿੰਦੇ ਨੇ ਫਿਰ ਗਿਆਨੈ ਕੀ ਬਡਣੀ ਮਨੋ ਹਾਥ ਲੈ ਮਨ ਦੇ ਹੱਥ ਵਿੱਚ ਗਿਆਨ ਦਾ ਮਾਂਜਾ ਫੜ ਕੇ ਇਦੇ ਅਰਥ ਅਖਰੀ ਇਹ ਬਣਦੇ ਨੇ ਗਿਆਨ ਕੀ ਬੜਨੀ ਬੜਨੀ ਦਾ ਭਾਵ ਹੈ ਮਾਂਜਾ ਬੌਕਰ ਜਿਸ ਨੂੰ ਕਹਿੰਦੇ ਆ ਸਾਫ਼ ਕਰਨ ਵਾਲਾ ਝਾੜੂ ਗਿਆਨ ਤੇ ਇੱਕ ਝਾੜੂ ਹੈ ਗਿਆਨ ਗੁਰੂ ਕੇ ਸਵਾਰਿਓ ਵੇਖੋ ਕਿੰਨੇ ਸੋਹਣੇ ਬਚਨ ਕਹੇ ਨਿਕਲ ਗੀਤਰ ਪਾਦਸ਼ਾਹ ਗਿਆਨ ਕੀ ਬੜਨੀ ਗਿਆਨ ਨੂੰ ਸ਼ਿੰਗਾਰ ਨਾ ਬਣਾਉਣਾ ਕਦੇ ਜੀਵਨ ਦਾ ਬਈ ਗੱਲਾਂ ਯਾਦ ਕਰ ਲਈਆਂ ਬਈ ਲੱਤਾਂ ਅਡਾਉਣ ਦੀ ਜਾਚ ਆ ਗਈ ਹਰ ਇੱਕ ਥਾਂ ਤੇ ਵੈਕੋ ਜਿਹੜਾ ਮਾਂਜਾ ਹੈ ਤੇ ਬਹੁ ਕਰੇ ਉਹ ਸਾਰੇ ਘਰ ਦੀ ਸਫਾਈ ਕਰਦਾ ਹੈ ਸਾਰੇ ਘਰ ਦੀ ਸਫਾਈ ਕਰਦਾ ਹੈ ਤੇ ਜਦੋਂ ਸਾਰਾ ਘਰ ਸਾਫ਼ ਹੋ ਜਾਂਦਾ ਹੈ ਆਪਾਂ ਮਾਂਜਾ ਵਿਚਕਾਰ ਟਿਕਾ ਕੇ ਨਹੀਂ ਰੱਖਦੇ ਹੁੰਦੇ ਮਾਂਜਾ ਸਾਈਡ ਤੇ ਰੱਖ ਦਿੱਤਾ ਜਾਂਦਾ ਕਿਉਂਕਿ ਉਹਦਾ ਕੰਮ ਸਮਾਪਤ ਹੋ ਗਿਆ ਉਹਨੇ ਕੰਮ ਕਰਨਾ ਸੀ ਘਰ ਦੀ ਸਫਾਈ ਕੀਤੀ ਮਿੱਟੀ ਕੱਢ ਦਿੱਤੀ ਪਰ ਜੇ ਕੋਈ ਸਫਾਈ ਕਰਨ ਤੋਂ ਬਾਅਦ ਮਾਂਜਾ ਘਰ ਦੇ ਵਿੱਚ ਘਾਰ ਰੱਖਦਾ ਹੈ ਉਹ ਕੀਤੀ ਹੋਈ ਸਫਾਈ ਵੀ ਕਿਸੇ ਕੰਮ ਦੀ ਨਹੀਂ ਰਹਿੰਦੀ ਕਿਉਂਕਿ ਜਿੰਨਾ ਉਸ ਮਾਂਜੇ ਨੇ ਗੰਦ ਕੱਢਿਆ ਸੀ ਉਹਨਾਂ ਗੰਦ ਉਹਨੇ ਆਪ ਵਿੱਚ ਪਾ ਦਿੱਤਾ ਇਹ ਜਿਹੜਾ ਵਿਸ਼ਾ ਨਾ ਵੀ ਫਲਾਣੇ ਬੰਦੇ ਨੂੰ ਕੀ ਯਾਦ ਰਿਹਾ ਕਥਾ ਵਿੱਚੋਂ ਉਹਨੂੰ ਕਿੰਨੀਆਂ ਕੋ ਗੱਲਾਂ ਸਾਖੀਆਂ ਯਾਦ ਰਹੀਆਂ ਨੇ ਇਹ ਗੁਰਮਤ ਨਾਲ ਗੱਲ ਮੇਲ ਨਹੀਂ ਖਾਂਦੀ ਇਥੋਂ ਵਿਚਾਰਾਂ ਦੀ ਪੰਡ ਬਣ ਕੇ ਨਹੀਂ ਲੈ ਜਾਣੀ ਤੇ ਅਸੀਂ ਇਹ ਬੜੀ ਵੱਡੀ ਗਲਤੀ ਕੀਤੀ ਏ ਅਸੀਂ ਆਪਣੇ ਜੀਵਨ ਵਿੱਚ 50 50 60 70 70 ਸਾਲ ਇੱਕ ਵੱਡਾ ਸਾਰਾ ਟਰਾਲੀ ਆਪਣੇ ਪਿੱਛੇ ਬੰਨੀ ਹੋਈ ਏ ਤੇ ਸਾਨੂੰ 50 60 70 ਸਾਲ ਹੋ ਗਏ ਨੇ ਵਿਚਾਰਾਂ ਦੀ ਗੰਦਗੀ ਗਿਆਨ ਝੂਠੇ ਗਿਆਨ ਦਾ ਕੂੜਾ ਉਸ ਟਰਾਲੀ ਵਿੱਚ ਲੱਦ ਕੇ ਲਈ ਫਿਰਨੇ ਆ ਤੇ ਜਿਹੜੀ ਗਲੀ ਵਿੱਚ ਲੰਘਣਿਆ ਉੱਥੋਂ ਹੀ ਦੋ ਚਾਰ ਬੁੱਕ ਭਰ ਕੇ ਖਲਾਰ ਜਾਣਾ ਵੀ ਸਾਨੂੰ ਇਹਨਾਂ ਗੱਲਾਂ ਦਾ ਪਤਾ ਹੈ ਹਰ ਇੱਕ ਕੰਮ ਦੇ ਵਿੱਚ दखਲ ਅੰਦਾਜ਼ੀ ਕਰਨੀ ਇਹ ਦੱਸਦੀ ਵੀ ਇਸ ਬੰਦੇ ਨੂੰ ਮਾਂਜਾ ਤੇ ਦਿੱਤਾ ਸੀ ਗੁਰੂ ਨੇ ਵਿਚਾਰ ਤੇ ਦਿੱਤੇ ਸਨ ਗਿਆਨ ਤੇ ਦਿੱਤਾ ਸੀ ਪਰ ਇਹਨੂੰ ਇਹ ਭੁਲੇਖਾ ਲੱਗ ਗਿਆ ਮਾਂਜੇ ਇਕੱਠੇ ਸ਼ੁਰੂ ਕਰਨੇ ਕਰ ਦਿੱਤੇ ਤੇ ਗੰਦੇ ਮਾਂਜੇ ਇਕੱਠੇ ਕਰਕੇ ਨੇ ਜੀਵਨ ਬਰਬਾਦ ਕਰ ਲਿਆ ਹੈ ਗੁਰੂ ਘਰ ਦੇ ਗਿਆਨ ਦਾ ਵਿਸ਼ਾ ਗੱਲਾਂ ਇਕੱਠੀਆਂ ਕਰਨਾ ਨਹੀਂ ਹੈ ਸਗੋਂ ਇਸ ਗਿਆਨ ਦੇ ਨਾਲ ਅੰਦਰ ਨੂੰ ਧੋ ਕੇ ਤੇ ਫਿਰ ਗਿਆਨ ਨੂੰ ਵੀ ਬਾਹਰ ਕੱਢ ਦੇਣਾ ਸੁੰਨ ਵਿੱਚ ਚਲੇ ਜਾਣਾ ਜ਼ੀਰੋ ਹੋ ਜਾਣਾ ਜਿਵੇਂ ਕਦੀ ਪਾਸੇ ਨਾ ਵੀ ਮੈਨੂੰ ਗਿਆਨ ਵੀ ਆਇਆ ਸੀ ਪਤਾ ਹੀ ਨਾ ਲੱਗੇ ਕਿ ਮੇਰੇ ਕੋਲ ਵੀ ਕੋਈ ਗਿਆਨ ਹੈ ਇਸ ਲਈ ਭਗਤ ਵੇਖੋ ਕਿੰਨਾ ਗਿਆਨ ਕਹਿੰਦੇ ਨੇ ਕਬੀਰ ਜੀ ਭਗਤ ਨਾਮਦੇਵ ਜੀ ਕਿੰਨੇ ਕਿੰਨੇ ਗਿਆਨ ਦੀ ਗੱਲ ਕਰ ਲੈਂਦੇ ਨੇ ਬੋਲਦੇ ਨੇ ਲਿਖਦੇ ਨੇ ਤੇ ਜਦੋਂ ਕਿਸੇ ਕੋਈ ਆ ਕੇ ਕਹਿੰਦਾ ਹੈ ਪੇ ਕੋਈ ਸੁਣਾਓ ਤੁਹਾਡੇ ਕੋਲ ਬੜਾ ਗਿਆਨ ਤੇ ਕਈ ਵਾਰੀ ਬੜੇ ਵਿਚੈਨ ਹੋ ਜਾਂਦੇ ਨੇ ਕਿਉਂਕਿ ਕੀ ਸੁਣਾਈਏ ਸਾਹਮਣੇ ਅੰਦਰ ਦਿਸਦਾ ਹੀ ਕੁਝ ਨਹੀਂ ਪਿਆ ਖਾਲੀ ਹੋ ਗਿਆ ਭਗਤ ਦੇ ਕੋਲ ਲੈਸਨ ਨਹੀਂ ਹਨ ਜਿਹੜਾ ਬੰਦਗੀ ਵਾਲਾ ਮਨੁੱਖ ਹੈ ਭਗਤ ਹੈ ਕਬੀਰ ਨੇ ਨਾਮਦੇਵ ਨੇ ਧੰਨਾ ਜੀ ਨੇ ਇਹਨਾਂ ਕੋਲ ਲੈਸਨ ਨਹੀਂ ਇਹਨਾਂ ਕੋਲ ਮੈਟਰ ਨਹੀਂ ਹੈ ਬਈ ਉਹ ਇੱਕ ਸਿਰੇ ਤੋਂ ਲੱਗਣਗੇ ਤੇ ਸ਼ਬਦ ਜੋੜੇ ਹੋਏ ਨੇ ਸਾਰੇ ਨਾਲ ਨਾਲ ਲੱਗਦੇ ਬੋਲੀ ਜਾਣਗੇ ਇਸ ਤਰ੍ਹਾਂ ਨਹੀਂ ਉਹ ਕਰਦੇ ਇਸ ਤਰ੍ਹਾਂ ਕਰ ਹੀ ਨਹੀਂ ਸਕਦੇ ਕਿਉਂਕਿ ਹੁਣ ਕੌਣ ਮੈਟਰ ਨੂੰ ਅੰਦਰ ਰੱਖੇ ਇਤੇ ਮੰਜਨਾ ਸਮਾਵ ਹੀ ਜੇ ਗੱਲ ਪਹਿਰਾ ਹਾਰ ਹੁਣ ਹਾਰ ਦੀ ਕੌਣ ਪੁੱਛ ਪੜਤਾਲ ਕਰੇ ਇਹ ਹਾਰ ਸ਼ਿੰਗਾਰ ਤੇ ਉਹਨਾਂ ਚਿਰ ਨੇ ਜਿੰਨਾ ਚਿਰ ਮਿਲਾਪ ਨਹੀਂ ਹੈ ਜਦੋਂ ਅਸਲੀ ਤਤ ਨਾਮ ਸ਼ਬਦ ਨਾਲ ਮਨੁੱਖ ਦਾ ਮਨ ਜੁੜ ਜਾਏ ਉਦੋਂ ਹਾਰ ਤੋੜ ਕੇ ਪਾਸੇ ਕਰ ਦਿੱਤੇ ਜਾਂਦੇ ਨੇ ਫਿਰ ਹਾਰ ਵਿੱਚ ਰੁਕਾਵਟ ਬਣ ਜਾਇਆ ਕਰਦੇ ਨੇ ਪਰ ਇਹ ਵਖਰੀ ਗੱਲ ਸ਼ਿੰਗਾਰ ਕਰ ਲੈਣਾ ਗਿਆਨ ਦਾ ਗਿਆਨ ਇੱਕ ਸ਼ਿੰਗਾਰ ਹੈ ਵਿਖਾਵਾ ਹੈ ਜ਼ਰੂਰੀ ਹੈ ਪਰ ਜੇ ਕਿਤੇ ਗੁਰੂ ਕਿਰਪਾ ਕਰੇ ਇਹ مانਜੇ ਜਿਹੜੇ ਨੇ ਗੱਲਾਂ ਦਾ ਪਤਾ ਹੋ ਜਾਣਾ ਚੰਗੀ ਗੱਲ ਹੈ ਬਹੁਤ ਜ਼ਿਆਦੀ ਸਮਝ ਆ ਜਾਣੀ ਪਰ ਸਮਝ ਨੂੰ ਹੀ ਜੀਵਨ ਸਮਝ ਲੈਣਾ ਇਹ ਸਭ ਤੋਂ ਵੱਡੀ ਨਾ ਸਮਝੀਏ ਸਮਝ ਜੀਵਨ ਨਹੀਂ ਹੈ ਜਾਣ ਲੈਣਾ ਮਾਣ ਲੈਣਾ ਹੀ ਜੀਵਨ ਹੈ ਪਹਿਚਾਨ ਲੈਣਾ ਇਸ ਲਈ ਗੁਰੂ ਕਲਗੀਧਰ ਪਾਤਸ਼ਾਹ ਕਹਿੰਦੇ ਗੁਰੂ ਕੇ ਸਿੱਖਾ ਮਾਝਾ ਫੇਰ ਗਿਆਨ ਦਾ ਅੰਦਰ ਪਰ ਇਹ ਗਲਤੀ ਨਾ ਕਰ ਲਈ ਮਾਝਾ ਅੰਦਰ ਹੀ ਰੱਖੀ ਰੱਖੇ ਮਾਝਾ ਫੇਰ ਕੇ ਤੇ ਘਰ ਨੂੰ ਮਨ ਨੂੰ ਸਾਫ ਕਰਕੇ ਫਿਰ ਇੱਕ ਆਵਾਜ਼ ਮਾਰੀ ਰੱਬ ਨੂੰ ਵੀ ਹੁਣ ਮੈਂ ਤੇਰੇ ਵਾਸਤੇ ਅੰਦਰ ਸਾਫ ਕਰ ਦਿੱਤਾ ਤੇ ਮੇਰੇ ਭਲਕੇ ਉੱਠ ਪਰਉਣਾ ਮੇਰੇ ਘਰ ਆਵੋ ਫਿਰ ਇਹ ਅਰਦਾਸ ਕਰੇ ਗਿਆਨ ਸਿਰਫ ਇਸ ਵਾਸਤੇ ਹੈ ਕਿ ਪ੍ਰਭੂ ਦੇ ਆਉਣ ਤੋਂ ਪਹਿਲਾਂ ਅੰਦਰ ਨੂੰ ਉਹਦੇ ਨਾਲ ਸਵਾਰ ਲਿਆ ਜਾਏ ਇਹ ਨਹੀਂ ਵੀ ਪ੍ਰਮਾਤਮਾ ਤੇ ਆਏ ਅਸੀਂ ਉਹਨਾਂ ਦੇ ਅੱਗੇ ਬੇਨਤੀ ਕਰ ਦਿੱਤੀ ਸਾਡੇ ਘਰ ਵਿੱਚ ਆਓ ਤੂੰ ਦਾਤਾ ਸਭਨਾ ਜੀਆਂ ਦਾ ਵਸੋ ਮੇਰੇ ਮਨ ਮਾਹੀ ਤੇ ਜਦੋਂ ਪ੍ਰਭੂ ਜੀ ਨੇ ਸੁਣ ਲਈ ਗੱਲ ਵੀ ਕੋਈ ਮੈਨੂੰ ਬੁਲਾ ਰਿਹਾ ਤੇ ਰੱਬ ਜੀ ਆਏ ਉਹਨਾਂ ਨੇ ਦਰਵਾਜ਼ਾ ਖੋਲ੍ਹਿਆ ਇਹ ਦਰਵਾਜ਼ਾ ਖੋਲ ਕੇ ਕਹਿੰਦੇ ਨੇ ਬਾਵਾ ਕਿੱਥੇ ਕਿਉਂ ਕਿ ਅੰਦਰ ਤੇ ਤੇਰੇ ਗਿਆਨ ਵਿਚਾਰ ਇੰਨਾ ਕੁਝ ਭਰਿਆ ਹੋਇਆ ਮੇਰੇ ਵਾਸਤੇ ਤੇ ਥਾਂ ਹੀ ਕੋਈ ਨਹੀਂ ਜਿੱਥੇ ਮੈਨੂੰ ਬਿਠਾਣਾ ਸੀ ਉੱਥੇ ਤੇਰਾ ਹੰਕਾਰ ਤੇਰੀ ਸਮਝ ਤੇਰਾ ਗਿਆਨ ਤੇਰੇ ਵਿਚਾਰ ਬੈਠੇ ਹੋਏ ਨੇ ਹੁਣ ਦੱਸ ਮੈਂ ਕਿਹੜੀ ਥਾਂ ਤੇ ਬਾਵਾ ਜਿਹਨੂੰ ਹਰ ਰੋਜ਼ ਆਵਾਜ਼ਾਂ ਦੇਣਾ ਇਸ ਲਈ ਅੰਦਰ ਖਾਲੀ ਅੰਦਰ ਜ਼ੀਰੋ ਹੋ ਜਾਏ ਸੁੰਨਿਆ ਹਾਂ ਜਦੋਂ ਕੋਈ ਜ਼ੀਰੋ ਬਣਦਾ ਹੈ ਤੇ ਉਹਨੂੰ ਸਾਰਾ ਕੁਝ ਮਿਲ ਜਾਂਦਾ ਹੈ ਕਿਉਂਕਿ ਪ੍ਰਭੂ ਤੇ ਉਡੀਕ ਰਿਆ ਕੋਈ ਬੰਦਾ ਕੋਈ ਜ਼ੀਰੋ ਹੋਵੇ ਸਹੀ ਕੋਈ ਹਉਮੈ ਤੋਂ ਰਹਿਤ ਹੋ ਜਾਏ ਕੋਈ ਆਪਣਾ ਆਪ ਛੱਡਦਾ ਹੈ ਕੋਈ ਆਪਣਾ ਮਕਾਨ ਖਾਲੀ ਕਰੇ ਤੇ ਸਹੀ ਤੇ ਜਿਸ ਘਰ ਦੇ ਅੰਦਰ ਸਮਾਨ ਹੀ ਇੰਨਾ ਪਿਆ ਉਸ ਥਾਂ ਤੇ ਆ ਕੇ ਪ੍ਰਾਣਾ ਕਿੱਥੇ ਬੈਗਾ ਮਹਿਮਾਨ ਕਿੱਥੇ ਬੈਠੇਗਾ ਘਰ ਨੂੰ ਤੇ ਸਟੋਰ ਬਣਾ ਦਿੱਤਾ ਸੀ ਜੀਵਨ ਨੂੰ ਸਟੋਰ ਬਣਾ ਦਿੱਤਾ ਹੈ ਤੇ ਚਲੋ ਸਟੋਰ ਵੀ ਹੋਵੇ ਨਾ ਫਿਰ ਵੀ ਸਰ ਜਾਂਦਾ ਹੈ ਬੰਦੇ ਨੇ ਮਨ ਨੂੰ ਕਬਾੜੀਆਂ ਵਾਲੀ ਦੁਕਾਨ ਬਣਾ ਦਿੱਤਾ ਵੀ ਜਿੰਨਾ ਗੰਦਮੰਦ ਜੋ ਲੱਭਦਾ ਸਾਰਾ ਵਿੱਚ ਇਹਦੇ ਮਨ ਦੇ ਪਾ ਦਿਓ ਇਹ ਅੱਜ ਦੇ ਗਿਆਨ ਨੇ ਸਿਖਾਇਆ ਹੈ ਵੀ ਜੋ ਮਰਜ਼ੀ ਕਰੀ ਜਾਓ ਫਿਰ ਵੀ ਆਪਾਂ ਧਾਰਮਿਕ ਰਹਿ ਸਕਨੇ ਸਵੇਰੇ ਪਾਠ ਵੀ ਕਰ ਲੋ ਫਿਰ ਝੂਠ ਵੀ ਰੱਜ ਕੇ ਬੋਲੋ ਧੋਖਾ ਵੀ ਦਿਓ ਫਿਰ ਸ਼ਾਮ ਨੂੰ ਸ਼ਰਾਬ ਵੀ ਪੀ ਲੋ ਕਲੱਬ ਵਿੱਚ ਨੱਚ ਵੀ ਆਓ ਜਾ ਕੇ ਤੇ ਇਸ ਮਨਵਲ ਜਾ ਕੇ છાਤੀ ਅੰਦਰ ਮਾਰ ਕੇ ਵੇਖਣੀ ਵੀ ਤੂੰ ਘਰ ਹੈ ਕਿ ਸਟੋਰ ਹੈ ਜਾਂ ਤੂੰ ਕੂੜੇਦਾਨ ਬਣ ਗਿਆ ਜਿਹਦੇ ਵਿੱਚ ਜੋ ਹੁੰਦਾ ਗੰਦਮੰਦ ਆਉਣਦੇ ਉਹ ਸਾਰਾ ਕੁਝ ਹੀ ਪ੍ਰਵਾਨ ਹੈ ਪਰਤ ਕੇ ਉੱਚੀ ਸਾਰੀ ਧੁੱਕ ਪੜ ਦਿੱਤੇ ਹੱਸੰਦਿਆਂ ਖਿਲੰਦਿਆਂ ਪਨੰਦਿਆਂ ਖੁਵੰਦਿਆਂ ਵਿੱਚੇ ਹੋਵੇ ਮੁਕਤ ਕਿਹੜੀ ਦਸ਼ਾ ਸੀ ਉਹਦੇ ਵਿੱਚ ਇਹਨਾਂ ਕੁਝ ਇੱਕੋ ਦਮ ਪਾ ਦਿੱਤਾ ਸੀ ਵਿੱਚ ਕੀ ਅਸੀਂ ਆਪਣੇ ਘਰ ਵਿੱਚ ਫालतू ਚੀਜ਼ਾਂ ਆਉਣ ਦਿਆਂਗੇ ਕੋਈ ਬੰਦਾ ਬਾਹਰੋਂ ਜਿਹੜੀ ਚੀਜ਼ ਮਰਜ਼ੀ ਆ ਕੇ ਸਿੱਟ ਜਾਏ ਉਹਨੂੰ ਪ੍ਰਵਾਨ ਕਰ ਲਵਾਂਗੇ ਬਿਲਕੁਲ ਨਹੀਂ ਹੈ ਬੰਦਾ ਤੇ ਇੱਕ ਕਤਰਾ ਵੀ ਨਹੀਂ ਪ੍ਰਵਾਨ ਕਰਦਾ ਆਪਣੇ ਘਰ ਵਿੱਚ ਉਹ ਤੇ ਕਹਿੰਦਾ ਇੱਥੇ ਕੁਝ ਨਹੀਂ ਚਾਹੀਦਾ ਜੋ ਕੁਝ ਮੈਂ ਸੰਤੁਲਿਤ ਕੀਤਾ ਇਹਦੇ ਵਿੱਚ ਜੋ ਕੁਝ ਇੱਥੇ ਚਾਹੀਦਾ ਸਿਰਫ ਉਹ ਹੀ ਚਾਹੀਦਾ ਹੈ ਪਰ ਪਤਾ ਨਹੀਂ ਇਸ ਘਰ ਦੇ ਵਿੱਚ ਬੰਦਾ ਰੱਬ ਨੂੰ ਬੁਲਾਉਂਦਾ ਤੇ ਹੈ ਪਰ ਇਹਦੇ ਵਿੱਚ ਖਿਲਾਰਾ ਇੰਨਾ ਪਾ ਕੇ ਬੈਠਾ ਜਿਸ ਨੂੰ ਵੇਂਦਿਆਂ ਸਾਰ ਆਮ ਬੰਦਾ ਵੀ ਉਸ ਘਰ ਵਿੱਚ ਨਹੀਂ ਵੜਦਾ ਗੁਰੂ ਕੇ ਸਵਾਰਿਓ ਗੁਰੂ ਉੱਥੇ ਕਿੱਥੇ ਆ ਜਾਏਗਾ ਇੰਨਾ ਕੁਝ ਇਕੱਠਾ ਕਰ ਲਿਆ ਇਸ ਲਈ ਇਹ ਜਿਹੜਾ ਸਾਡਾ ਖਿਆਲ ਹੈ ਨਾ ਵੀ ਸਾਰਾ ਕੁਝ ਕਰਕੇ ਵੀ ਅਸੀਂ ਗੁਰੂ ਵਾਲੇ ਬਣ ਸਕਨੇ ਆ ਇਹ ਨਹੀਂ ਹੋ ਸਕਦਾ ਕਿਉਂਕਿ ਇਸ ਮਕਾਨ ਦੇ ਵਿੱਚ ਅਸੀਂ ਕੀ ਪਾ ਰਹੇ ਆ ਗੁਰੂ ਸਾਹਿਬ ਤੇ ਕਹਿੰਦੇ ਨੇ ਆਪ ਜੀ ਜਪਜੀ ਸਾਹਿਬ ਪੜਦੇ ਹੋ ਨਾ ਉਹਦੇ ਵਿੱਚ ਤਿੰਨ ਚਾਰ ਉਦਾਹਰਨਾਂ ਦਿੱਤੀਆਂ ਨੇ ਗੁਰੂ ਨਾਨਕ ਦੇਵ ਜੀ ਕਹਿੰਦੇ ਨੇ ਨਾਮ ਕਿਵੇਂ ਜਪਣਾ ਹੈ ਕਹਿਣ ਲੱਗੇ ਕਪੜਾ ਜਦੋਂ ਮੈਲਾ ਹੁੰਦਾ ਹੈ ਉਹਨੂੰ ਪਾਣੀ ਤੇ ਸਾਬਣ ਨਾਲ ਧੋਤਾ ਜਾਂਦਾ ਹੈ ਪਰ ਇੱਕ ਖਿਆਲ ਰੱਖੋ ਮਨ ਨੂੰ ਗਿਆਨ ਨਾਲ ਧੋਤਾ ਜਾ ਸਕਦਾ ਹੈ ਉਸ ਕੱਪੜੇ ਨੂੰ ਸਾਬਣ ਤੇ ਪਾਣੀ ਨਾਲ ਧੋਤਾ ਜ਼ਰੂਰ ਜਾ ਸਕਦਾ ਹੈ ਪਰ ਉਹ ਸਾਬਣ ਔਰ ਪਾਣੀ ਵੀ ਕੱਪੜੇ ਵਿੱਚ ਨਹੀਂ ਰਹਿਣਾ ਚਾਹੀਦਾ ਜਦੋਂ ਕੱਪੜਾ ਧੁੱਪ ਜਾਏ ਉਹ ਵੀ ਨਿਕਲ ਜਾਣਾ ਚਾਹੀਦਾ ਪਰ ਇਹ ਹੱਥ ਪੈਰ ਤਨ ਦੇ ਮੂਤ ਪਲੀਤੀ ਕੱਪੜ ਹੋਏ ਦੇ ਸਾਬੂਨ ਲਈਏ ਉਹ ਧੋਏ ਉਸ ਕੱਪੜੇ ਨੂੰ ਸਾਬਣ ਲਾ ਦਿੱਤਾ ਪਾਣੀ ਪਾਇਆ ਤੇ ਸਾਬਣ ਉਹਦੇ ਵਿੱਚ ਜਿਹੜਾ ਸੀ ਉਹਨੂੰ ਲੱਗ ਗਿਆ ਉਹਦੇ ਵਿੱਚ ਰਚ ਗਿਆ ਤੇ ਉਹ ਕਪੜਾ ਹੁਣ ਕਿਹੜੇ ਕੰਮ ਦਾ ਰਹੇਗਾ ਜਿਹਨੂੰ ਸਾਬਣ ਲਗਾ ਲਗਾਇਆ ਸੀ ਰੱਖ ਦਿੱਤਾ ਵਿੱਚ ਆਪ ਜੀ ਨੂੰ ਪਤਾ ਹੈ ਨਾ ਕਿ ਜੇ ਕਪੜੇ ਦੇ ਅੰਦਰ ਸਾਬਣ ਰਹਿ ਜਾਏ ਤੇ ਉਹ ਕਪੜਾ ਥੋੜੇ ਦਿਨਾਂ ਵਿੱਚ ਗਾਲ ਕੇ ਰੱਖ ਦਿੰਦਾ ਜੇ ਕਪੜੇ ਦੇ ਅੰਦਰ ਆਪਾਂ ਧੋ ਵੀ ਲਈਏ ਨਾ ਉਸ ਨੂੰ ਤੇ ਜੇ ਥੋੜੀ ਜਿਹੀ ਅਨਗਹਿਲੀ ਰਹਿ ਜਾਏ ਉਹਦੇ ਅੰਦਰ ਕਪੜੇ ਦੇ ਸਾਬਣ ਰਹਿ ਜਾਏ ਇੱਕ ਤੇ ਉਹ ਪਹਿਨਣ ਵਾਲੇ ਦੇ ਸਰੀਰ ਤੇ ਅਲਰਜੀ ਕਰੇਗਾ ਉਹ ਸਾਬਣ ਜਿਹੜਾ ਵਿੱਚ ਰਹਿ ਗਿਆ ਭਾਵੇਂ ਦਿਸਦਾ ਨਹੀਂ ਤੇ ਦੂਸਰਾ ਉਹ ਕਪੜੇ ਦੀਆਂ ਤੰਦਾਂ ਨੂੰ ਗਾਲ ਕੇ ਰੱਖਦਾ ਹੈਗਾ ਇਹ ਜਿਹੜੀ ਸਮਝ ਹੈ ਨਾ ਗੁਰੂ ਕੋਲੋਂ ਪਤਾ ਲੱਗ ਜਾਣਾ ਹੈ ਚੰਗੀ ਚੀਜ਼ ਗੱਲ ਇਹਦੇ ਨਾਲ ਹੀ ਬਣਨੀ ਹੈ ਵਿਚਾਰ ਤੋਂ ਬਿਨਾਂ ਗੱਲ ਨਹੀਂ ਬਣਨੀ ਪਰ ਜੇ ਕਿਤੇ ਗਿਆਨ ਵਿੱਚੋਂ ਕੰਮ ਕਰਕੇ ਮੈਲ ਕੱਢ ਕੇ ਗਿਆਨ ਵੀ ਨਾਲ ਨਾ ਕੱਢਿਆ ਬਾਹਰ ਤੇ ਗੁਰੂ ਕੇ ਸvaro ਗਿਆਨ ਫਿਰ ਕਈ ਵਾਰੀ ਗਾਲ ਵੀ ਦਿਆ ਕਰਦਾ ਇਸ ਲਈ ਆਪ ਵੇਖੋਗੇ ਕਈਆਂ ਲੋਕਾਂ ਨੂੰ ਪਤਾ ਬਹੁਤ ਹੁੰਦਾ ਹੈ ਗਿਆਨ ਵੜਾ ਹੁੰਦਾ ਪਰ ਲਾਟਾਂ ਨਿਕਲਦੀਆਂ ਨੇ ਕੋਲੋਂ ਉਹਨਾਂ ਦੇ ਕਾਰਨ ਕੀ ਹੈ ਉਹਨਾਂ ਦੇ ਕੋਲ ਉਹ ਹੰਕਾਰ ਦੀ ਬਦਬੂ, ਕ੍ਰੋਧ ਦੀ, ਲੋਭ ਦੀ, ਹੰਕਾਰ ਦੀ ਬਸ ਮੈਂ ਹੀ ਆ ਸਭ ਕੁਝ ਉਹ ਕਾਰਨ ਕੀ ਬਣ ਗਿਆ ਇਸ ਬੰਦੇ ਨੇ ਗਲਤੀ ਕਰ ਲਈ ਸਾਬਣ ਤੇ ਲਾ ਲਿਆ ਪਾਣੀ ਵੀ ਪਾ ਲਿਆ ਪਰ ਗਲਤੀ ਇਹ ਕਰ ਬੈਠਾ ਸਾਬਣ ਤੇ ਪਾਣੀ ਕੱਢਣਾ ਯਾਦ ਨਹੀਂ ਰਿਹਾ ਇਸ ਲਈ ਉਸ ਗਿਆਨ ਨੇ ਅੰਦਰ ਨੂੰ ਖੋਰਨਾ ਸ਼ੁਰੂ ਕਰ ਦਿੱਤਾ ਇਸ ਲਈ ਗਿਆਨ ਵਿਸ਼ਾ ਨਹੀਂ ਹੈ ਸੁਨ ਵਿਸ਼ਾ ਹੈ ਹਾਂ ਅੱਗੇ ਜਾ ਕੇ ਮੈਂ ਬੇਨਤੀ ਕਰਾਂਗਾ ਸੁਨ ਦੇ ਅਰਥ ਇਹ ਨਹੀਂ ਸਮਾਧੀ ਲਾ ਕੇ ਤੇ ਬੰਦਾ ਆਪਣੇ ਆਪ ਨੂੰ ਖੂਗੂ ਬਣਾ ਕੇ ਬੈਠ ਜਾਏ ਇਹ ਨਹੀਂ ਹੈ ਗੁਰਮਤ ਦੇ ਅੰਦਰ ਸੁਨ ਦੇ ਅਰਥ ਨੇ ਵਿਚਾਰਾਂ ਨੂੰ ਖਾਲੀ ਕਰ ਦੇਣਾ ਤੇ ਗੁਰੂ ਕੇ ਪਿਆਰ ਨੂੰ ਸਿਰਫ ਭਾਵ ਨੂੰ ਅੰਦਰ ਜਮਾ ਲੈਣਾ ਭਾਵ ਵਿਚਾਰ ਨਹੀਂ ਹੁੰਦੇ ਭਾਵ ਤੇ ਵਿਚਾਰ ਵਿੱਚ ਬੜਾ ਫਰਕ ਹੈ ਭਾਵ ਦਾ ਅਰਥ ਹੈ ਪਿਆਰ ਪਿਆਰ ਜਦੋਂ ਅੰਦਰ ਆਉਂਦਾ ਉਦੋਂ ਕੋਈ ਵਿਚਾਰ ਨਹੀਂ ਹੁੰਦਾ ਆਪ ਜੀ ਨੂੰ ਪਤਾ ਹੋਵੇਗਾ ਥੋੜੀ ਮਿqdਾਰ ਵਿੱਚ ਤੇ ਪਿਆਰ ਸਾਰਿਆਂ ਨੂੰ ਆਉਂਦਾ ਹੈ ਛੋਟਾ ਛੋਟਾ ਪਿਆਰ ਜਿਹੜਾ ਪਿਆਰ ਕਦੇ ਵਿਚਾਰ ਨਹੀਂ ਹੁੰਦਾ ਜਦੋਂ ਵਿਚਾਰ ਆਉਂਦੇ ਨੇ ਉਦੋਂ ਪਿਆਰ ਨਹੀਂ ਹੁੰਦਾ ਤੇ ਜਦੋਂ ਪਿਆਰ ਆ ਜਾਏ ਉਦੋਂ ਵਿਚਾਰ ਨਹੀਂ ਰਹਿੰਦੇ ਇਹ ਦੋਵੇਂ ਇਕੱਠੇ ਨਹੀਂ ਰਹਿ ਸਕਦੇ ਜਦੋਂ ਕਦੀ ਕਿਸੇ ਮਾਂ ਨੂੰ ਬੱਚੇ ਨਾਲ ਪਿਆਰ ਹੁੰਦਾ ਹੈ ਨਾ ਪਹਿਲਾਂ ਉਹਦੇ ਨਾਲ ਗੱਲਾਂ ਕਰਦੀ ਰਹੇਗੀ ਪਰ ਜਦੋਂ ਪੂਰੇ ਪਿਆਰ ਵਿੱਚ ਆ ਜਾਏਗੀ ਮੂੰਹ ਰੁਕ ਜਾਏਗਾ ਕਿਉਂਕਿ ਜਦੋਂ ਹੀ ਪਿਆਰ ਆਇਆ ਉਦੋਂ ਸ਼ਬਦ ਚਲੇ ਗਏ ਵਿਚਾਰ ਚਲੇ ਗਏ ਉਦੋਂ ਜਾਂ ਉਹਦੇ ਮੱਥੇ ਤੇ ਹੱਥ ਮਾਰੇਗੀ ਜਾਂ ਮੱਥਾ ਚੁੰਮ ਲਏਗੀ ਜਾਂ ਗਲਵਕੜੀ ਵਿੱਚ ਲੈ ਲੇਗੀ ਇਸ ਤੋਂ ਵੱਧ ਨਹੀਂ ਹੈ ਪਿਆਰ ਦੀ ਕੋਈ ਭਾਸ਼ਾ ਨਹੀਂ ਹੈ ਇਹ ਤੇ ਜਾਨਵਰਾਂ ਦੇ ਅੰਦਰ ਵੀ ਹੈ ਪਿਆਰ ਦੀ ਦੁਨੀਆ ਵਿੱਚ ਕੁਝ ਐਸੀਆਂ ਚੀਜ਼ਾਂ ਨੇ ਜਿਨ੍ਹਾਂ ਦੀ ਭਾਸ਼ਾ ਨਹੀਂ ਹੈ ਪ੍ਰੇਮ ਦੀ ਕੋਈ ਭਾਸ਼ਾ ਨਹੀਂ ਉਹ ਮਹਿਸੂਸ ਹੋ ਸਕਦਾ ਹੈ ਭੁੱਖ ਦੀ ਭਾਸ਼ਾ ਨਹੀਂ ਹੈ ਭੁੱਖ ਮਹਿਸੂਸ ਕੀਤੀ ਜਾ ਸਕਦੀ ਹੈ ਪਿਆਸ ਗਰਮੀ ਠੰਡ ਮਹਿਸੂਸ ਕੀਤੀਆਂ ਜਾ ਸਕਦੀਆਂ ਨੇ ਇੱਕ ਤੀਸਰੀ ਚੀਜ਼ ਹੈ ਸੰਗੀਤ ਸੰਗੀਤ ਦੀ ਦੁਨੀਆ ਵਿੱਚ ਕੋਈ ਭਾਸ਼ਾ ਨਹੀਂ ਹੈ ਆਪ ਜੀ ਨੂੰ ਪਤਾ ਹੈ ਨਾ ਇੱਕ ਜਾਨਵਰ ਸੱਪ ਜਿਹੜਾ ਉਹ ਸੰਗੀਤ ਦੇ ਉੱਤੇ ਮੰਤਰ ਮੁਗਦ ਹੁੰਦਾ ਹੈ ਸੰਗੀਤ ਦੇ ਉੱਤੇ ਔਰ ਸੰਗੀਤ ਕੋਈ ਭਾਸ਼ਾ ਪ੍ਰਸੰਗਿਤ ਨਹੀਂ ਹੈ ਭਾਵੇਂ ਅਸੀਂ ਕਿੰਨਾ ਕਹਿ ਦਈਏ ਸਾਡੇ ਦੇਸ਼ ਦੇ ਰਾਗ ਨੇ ਇਹ ਸਾਡੇ ਦੇਸ਼ ਦਾ ਸੰਗੀਤ ਹੈ ਵੇਖੋ ਸੰਗੀਤ ਦੀ ਕੋਈ ਭਾਸ਼ਾ ਨਹੀਂ ਹੈ ਇਹਨੂੰ ਆਪ ਜੀ ਤਜਰਬਾ ਕਰਕੇ ਵੇਖਣਾ ਵੀ ਜਿਵੇਂ ਮੰਨ ਲਓ ਬਾਹਰਲੇ ਕਿਸੇ ਕਿਸੇ ਦੇਸ਼ ਦਾ ਮੰਨ ਲਓ ਕੈਨੇਡਾ ਦਾ ਕੋਈ ਸੱਪ ਇੱਥੇ ਆ ਗਿਆ ਇੱਥੇ ਸੱਪ ਲੈ ਆਂਦਾ ਉਹਦੇ ਅੱਗੇ ਹਿੰਦੁਸਤਾਨੀ ਇਥੋਂ ਦੇ ਰੀਤ ਦੇ ਅਨੁਸਾਰ ਕੋਈ ਵੀ ਬੀਣ ਵਜਾ ਦੇਉ ਇਥੋਂ ਵਾਲੀ ਤੂੰ ਨੱਚਣਾ ਸ਼ੁਰੂ ਕਰਦਾ ਹੈਗਾ ਉਹਦੇ ਤੇ ਹਾਲਾਂਕਿ ਉਹ ਸੱਪ ਅੰਗਰੇਜ਼ਾਂ ਦਾ ਹੈ ਪਰ ਉਹਨੂੰ ਇਹਦੇ ਨਾਲ ਸੰਬੰਧ ਨਹੀਂ ਹੈ ਸੰਗੀਤ ਜਿਹੜਾ ਸਾਰੀ ਦੁਨੀਆ ਦਾ ਇੱਕੋ ਹੈ ਉਹਦੇ ਵਿੱਚ ਕੋਈ ਨਹੀਂ ਕਿਉਂਕਿ ਉਹ ਸੱਪ ਦੱਸ ਰਿਹਾ ਜੇ ਇਧਰਲੇ ਸੱਪ ਨੂੰ ਉਧਰ ਨਾਲ ਸੰਗੀਤ ਸੁਣਾ ਦਿਓ ਤਾਂ ਵੀ ਉਹ ਮੰਤਰ ਮੁਕਤ ਹੋ ਜਾਏਗਾ ਟਿਕ ਜਾਏਗਾ ਉਹਦਾ ਮਨ ਇਸ ਲਈ ਮੈਂ ਬੇਨਤੀ ਕਰ ਰਿਹਾ ਸਾਂ ਅੰਦਰ ਜਿਹੜਾ ਨਾ ਬੰਦੇ ਦਾ ਉਹ ਪਿਆਰ ਵਿੱਚ ਜਦੋਂ ਆਉਂਦਾ ਹੈ ਉਦੋਂ ਖਾਲੀ ਹੋ ਜਾਂਦਾ ਬਿਲਕੁਲ ਗੁਰਮਤਿ ਨੇ ਅੰਦਰ ਨੂੰ ਸੁਣ ਕਰਨਾ ਜੋਗੀਆਂ ਵਾਲਾ ਨਹੀਂ ਦੱਸਿਆ ਜਿੱਥੇ ਜੋਗੀ ਕਹਿੰਦੇ ਅੰਦਰ ਸੁਣ ਕਰ ਦਿਓ ਜੀਰੋ ਬਣਾ ਦਿਓ ਇੱਥੇ ਸੁਣ ਦਾ ਅਰਥ ਐਸੇ ਸੁਣ ਸਮਾਇਆ ਜਿਹਨੂੰ ਕਬੀਰ ਜੀ ਕਹਿ ਰਹੇ ਨੇ ਜਵਾਬ ਦੇ ਰਹੇ ਨੇ ਕਹਿਣ ਲੱਗੇ ਇਹ ਸੁਣ ਉਹ ਹੈ ਜਿਵੇਂ ਇੱਕ ਮਕਾਨ ਦੇ ਵਿੱਚ ਹੋਰ ਕੋਈ ਨਾ ਬਚੇ ਕੇਵਲ ਪ੍ਰੇਮੀ ਤੇ ਪ੍ਰੇਮ ਬਚ ਜਾਏ ਹੋਰ ਤੀਸਰਾ ਕੋਈ ਨਹੀਂ ਹੈ ਉਹ ਅਵਸਥਾ ਲੱਭਣੀ ਹੈ ਧਾਰਮਿਕ ਦੁਨੀਆ ਦੇ ਵਿੱਚੋਂ ਜਿੱਥੇ ਬੰਦੇ ਦਾ ਮਨ ਕਲੀਅਰ ਹੋ ਜਾਏ ਸਾਫ ਹੋ ਜਾਏ ਇਸ ਲਈ ਗੁਰੂ ਸਾਹਿਬ ਕਹਿੰਦੇ ਨੇ ਜੇ ਕੱਪੜੇ ਨੂੰ ਸਾਬਣ ਲਾਏ ਤੇ ਹੁਣ ਸਾਬਣ ਦੀ ਪੰਡ ਸਿਰ ਤੇ ਨਾ ਚੁੱਕ ਇਸ ਗਿਆਨ ਨੂੰ ਪਾਸੇ ਕਰ ਦੇ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਕਹਿੰਦੇ ਨੇ ਗਿਆਨ ਕੀ ਬੜਨੀ ਮਨੋਂ ਹਾਥ ਲੈ ਗਿਆਨ ਦਾ ਮਾਂਜਾ ਲੈ ਕੇ ਮਨ ਨੂੰ ਸਾਫ ਕਰ ਦੇ ਤੇ ਜਦੋਂ ਮਨ ਸਾਫ ਹੋ ਗਿਆ ਮਾਂਜਾ ਵੀ ਬਾਹਰ ਸਿੱਟ ਦੇ ਹੁਣ ਰੱਬ ਨੂੰ ਸੱਦ ਲੈ ਅੰਦਰ ਕਿਉਂਕਿ ਅੰਦਰ ਸਾਫ ਹੋ ਗਿਆ ਜਦੋਂ ਅੰਦਰ ਸਾਫ਼ ਹੋਏਗਾ ਨਾ ਗੁਰੂ ਕੇ ਸਵਾਰਿਓ ਉਦੋਂ ਹੀ ਬੰਦੇ ਦੇ ਜੀਵਨ ਵਿੱਚ ਕੁਝ ਪੱਲੇ ਪੈਣਾ ਜੇ ਨਹੀਂ ਤੇ ਸਾਰਾ ਕੁਝ ਤੁਸੀਂ ਵੀ ਕਰਕੇ ਵੇਖ ਲਿਆ ਸਾ ਵੀ ਇਹਨਾਂ ਕੱਪੜਿਆਂ ਨੇ ਬਾਹਰ ਲੀਆਂ ਗੱਲਾਂ ਨੇ ਕੁਝ ਨਹੀਂ ਸਵਾਰਨਾ ਜਿੰਨਾ ਚਿਰ ਅੰਦਰ ਨਾ ਧੋਤਾ ਗਿਆ ਅੰਦਰੋਂ ਗੰਦ ਨਾ ਨਾ ਕੱਢਿਆ ਜਿੰਨਾ ਚਿਰ ਬਿਮਾਰੀਆਂ ਜਿਹੜੀਆਂ ਮੰਨਦੀਆਂ ਨੇ ਉਹਨਾਂ ਚਿਰ ਉਹਦੇ ਨਾਲ ਮਿਲਾਪ ਨਹੀਂ ਇਹਦੇ ਉੱਤੇ ਮੈਂ ਸੁੰਨ ਸ਼ਬਦ ਦੇ ਨੇੜੇ ਰਹਿਣਾ ਚਾਹੁੰਨਾ ਸੁੰਨ ਦੇ ਅਰਥ ਸਾਫ ਮਨ ਜਿਹੜਾ ਧੁਪਿਆ ਹੋਇਆ ਮਨ ਹੈ ਜਿਹਦੇ ਵਿੱਚ ਬਿਲਕੁਲ ਆਰ ਪਾਰ ਦਿਸ ਰਿਹਾ ਹੈ ਐਵੇਂ ਦਾ ਸ਼ੀਸ਼ਾ ਜਿਹਦਾ ਜੰਗਾਲ ਲੈ ਚੁੱਕਾ ਹੈ ਇੱਕ ਗੁਰੂ ਨਾਨਕ ਦੇਵ ਜੀ ਦਾ ਸ਼ਬਦ ਆਉਂਦਾ ਹੈ ਉਹਦੇ ਵਿੱਚ ਮੁਸਲਮਾਨ ਨੂੰ ਉਪਦੇਸ਼ ਦਿੱਤਾ ਗਿਆ ਤੇ ਸਾਰਿਆਂ ਵਾਸਤੇ ਸਾਂਝੀ ਹੈ ਅੱਲਾ ਨੂੰ ਕਿਵੇਂ ਮਿਲਿਆ ਜਾ ਸਕਦਾ ਹੈ ਖੁਦਾ ਨੂੰ ਤੇ ਉਹਨਾਂ ਨੇ ਦੇ ਸੰਬੰਧ ਵਿੱਚ ਇੱਕ ਸ਼ਬਦ ਕਿਹਾ ਕਹਿਣ ਲੱਗੇ ਮੁਸਲਮਾਨ ਕਹਾਵਣ ਮੁਸ਼ਕਲ ਜਾਂ ਹੋਏ ਤਾਂ ਮੁਸਲਮਾਨ ਕਹਾਵੇ ਜੇ ਕੋਈ ਹੋਏ ਬਣੇ ਭਾਵ ਉਸ ਤਰ੍ਹਾਂ ਕਰੇ ਤਾਂ ਉਹ ਮੁਸਲਮਾਨ ਹੋ ਸਕਦਾ ਉਹ ਕੀ ਕਰੇ ਅਵਲ ਔਲ ਦੀਨ ਕਰ ਮਿੱਠਾ ਮੁਸਲਮਾਨਾ ਮਾਨ ਮੁਸਾਵੇ ਕਿਵੇਂ ਬਣਿਆ ਜਾ ਸਕਦਾ ਹੈ ਭਗਤ ਮਨ ਨੂੰ ਕਿਵੇਂ ਧੋਤਾ ਜਾ ਸਕਦਾ ਹੈ اول اول دین کر میٹھا دین دا ارتھے ਧਰਮ اول دا ارتھے سب ਤੋਂ ਪਹਿਲੇ ਨੰਬਰ ਤੇ دین ਨੂੰ ਧਰਮ ਨੂੰ ਗੁਰੂ ਨੂੰ ਸਭ ਤੋਂ ਮਿੱਠਾ ਤੇ ਪਹਿਲੇ ਨੰਬਰ ਤੇ ਲਿਆਵੇ ਇਹਦੇ ਅਰਥ ਬਣਦੇ ਨੇ اخੀਰਲੀ ਸਾਈਡ ਤੇ ਨਹੀਂ ਜਿਵੇਂ ਜਿਹੜਾ ਭੋਜਨ ਬਚ ਗਿਆ ਉਹ ਗੁਰਦੁਆਰੇ ਦੇ ਆਏ ਇਹ ਨਹੀਂ ਹੈ اول اول دین کر میٹھا ਧਰਮ ਨੂੰ ਇੰਨਾ ਮਿੱਠਾ ਜਾਣੇ ਬਈ ਪਹਿਲਾ ਗੁਰੂ ਤੇ ਬਾਦ ਵਿੱਚ ਪਰਿਵਾਰ ਪਹਿਲਾ ਧਰਮ ਤੇ ਬਾਦ ਵਿੱਚ ਸਰੀਰ ਇਹ ਅਰਥ ਨੇ ਧਰਮ ਦੇ ਪਹਿਲਾ ਧਰਮ ਤੇ ਫਿਰ ਕਾਰੋਬਾਰ ਇਹ ਅਵਲ ਔਲ ਵੇਖੋ ਪਾਠ ਸੀ ਬੜੀ ਵਾਰੀ ਕਰਾਏ ਨੇ ਜਿਹੜੇ ਸਹਿਜ ਪਾਠ ਕਰਦੇ ਨੇ ਉਹਨਾਂ ਤੇ ਉਹ ਜਾਣਦੇ ਨੇ ਸਤੁਕ ਨੂੰ ਤੇ ਜੇ ਅਸੀਂ ਕਰਾਨੇ ਵੀ ਇਹਨਾਂ ਕੋਲ ਬੈ ਕੇ ਇੱਕ ਅਦਾ ਸ਼ਬਦ ਤੇ ਜ਼ਰੂਰ ਸੁਣੀਏ ਨਾ ਗੁਰੂ ਕਿਰਪਾ ਕਰੇ ਇੱਕ ਤੇ ਸੁਣ ਲਈ ਘੱਟੋ ਘੱਟ ਸਾਰੇ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਇਹਨਾਂ ਦੋ ਤੁਕਾਂ ਦੇ ਵਿੱਚ ਨਾ ਸੱਚ ਜਾਣੋ ਜਿੰਨਾ ਚਿਰ ਕੋਲੋਂ ਲੰਘਦੇ ਰਹਿ ਲੰਘਦੇ ਰਹਿ ਬਾਣੀ ਦੇ ਜਿੱਦਣ ਕਿਦੇ ਕੁੰਡੀਆਂ ਫਸ ਗਈਆਂ ਤੇ ਮਨ ਹੈਰਾਨ ਹੋ ਜਾਂਦਾ ਹੈ ਵੀ ਬਾਬਾ ਜੀ ਤੁਹਾਡੇ ਇੱਕ ਸ਼ਬਦ ਦੀ ਸਾਰੀ ਜ਼ਿੰਦਗੀ ਵਿਆਖਿਆ ਕਰਦੇ ਰਹੀਏ ਤੇ ਮੁੱਕਣੀ ਨਹੀਂ ਫਿਰ ਉਸ ਤਰੀ ਰਹਿ ਜਾਣੀ ਇੱਕ ਸ਼ਬਦ ਅਵਲ ਔਲ ਦੀਨ ਕਰ ਮਿੱਠਾ ਤੂੰ ਧਰਮ ਨੂੰ ਮਿੱਠਾ ਜਾਣ ਐਵੇਂ ਪੂਰਾ ਨਾ ਕਰ ਬੱਦਾ ਚੱਟੀ ਨਾ ਭਰਿਆ ਕਰ ਤੇ ਕੀ ਕਰੇ ਮਸਕਲ ਮਾਨਾ ਮਾਲ ਮੁਸਾਵੇ ਜਿਹੜਾ ਤੇਰੇ ਮਨ ਦੇ ਉੱਤੇ ਮਾਲ ਦੀ ਮੈਲ ਲੱਗੀ ਹੋਈ ਨਾ ਮਾਲ ਦੇ ਅਰਥ ਪਦਾਰਥ ਮਾਇਆ ਦੀ ਜਿਹੜਾ ਜੰਗਾਲ ਲੱਗਾ ਹੋਇਆ ਉਹ ਮਸਕਲ ਦੇ ਨਾਲ ਉਹਨੂੰ ਰਗੜ ਰਗੜ ਕੇ ਲਾ ਦੇ ਇਹ ਮਸਕਲ ਸ਼ਬਦ ਦੇ ਅਰਥ ਅਖਰੀ ਬਣਦੇ ਨੇ ਰੇਗਮਾਰ ਰੇਗਮਾਰ ਜਿਹੜਾ ਹੁੰਦਾ ਹੈ ਨਾ ਲੋਹੇ ਤੇ ਜੰਗਾਲ ਲੱਗ ਜਾਏ ਤੇ ਲੋਹੇ ਤੇ ਲੱਗੇ ਹੋਏ ਜੰਗਾਲ ਨੂੰ ਲਾਉਣ ਵਾਸਤੇ ਇੱਕ ਟੁਕੜਾ ਜਿਹਾ ਹੁੰਦਾ ਹੈ ਕਾਗਜ਼ ਦਾ ਉਹ ਲਿਆਂਦਾ ਜਾਂਦਾ ਹੈ ਜਦੋਂ ਕੋਈ ਲੋਹੇ ਨੂੰ ਪਾਲਿਸ਼ ਕਰਨੀ ਹੁੰਦੀ ਹੈ ਉਹਨੂੰ ਰੰਗ ਕਰਨਾ ਹੁੰਦਾ ਹੈ ਤੇ ਰੰਗ ਕਰਨ ਤੋਂ ਪਹਿਲਾਂ ਉਹਨੂੰ ਉਹਦੇ ਨਾਲ ਗੁਰੂ ਕੇ ਸਵਾਰਿਓ ਰਗੜ ਕੇ ਰੇਗ ਮਾਰ ਦੇ ਨਾਲ ਉਹਦੇ ਉੱਤੋਂ ਜਿਹੜੀ ਮੈਲ ਏ ਜਿਹੜਾ ਜੰਗਾਲ ਏ ਉਹਨੂੰ ਲਾਇਆ ਜਾਂਦਾ ਹੈ ਗੁਰੂ ਨਾਨਕ ਦੇਵ ਇੱਕ ਮੁਸਲਮਾਨ ਨੂੰ ਕਹਿ ਰਹੇ ਨੇ ਸਿੱਖ ਨੂੰ ਵੀ ਕਹਿ ਰਹੇ ਨੇ ਤੇ ਹਿੰਦੂ ਨੂੰ ਵੀ ਵੀ ਧਰਮ ਕੀ ਹੁੰਦਾ ਹੈ ਕਹਿਣ ਲੱਗੇ ਧਰਮ ਦਾ ਅਰਥ ਇਹ ਹੈ ਗੁਰੂ ਕੇ ਸ਼ਬਦ ਦੇ ਰੇਗ ਮਾਰ ਦੇ ਨਾਲ ਆਪਣੇ ਮਨ ਦੇ ਉੱਤੇ ਲੱਗੇ ਹੋਏ ਜਨਮਾਂ ਜਨਮਾਂ ਦੇ ਜੰਗਾਲਾਂ ਨੂੰ ਲਾਹ ਦੇਣਾ ਇਹਨੂੰ ਧਰਮ ਕਹਿੰਦੇ ਨੇ ਸਾਫ਼ ਕਰ ਇਹਨੂੰ ਅੰਦਰ ਤੇ ਜੰਗਾਲ ਉੱਤੇ ਪਾਲਿਸ਼ ਕਰੀ ਜਾਣਾ ਉਹ ਡਿੱਗ ਪੈ ਗਈ ਦੂਸਰੇ ਦਿਨ ਅਸੀਂ ਪਾਲਿਸ਼ ਤੇ ਜ਼ੋਰ ਦਿੱਤਾ ਹੋਇਆ ਜੰਗਾਲ ਲਾਉਣ ਤੇ ਨਹੀਂ ਯਾਦ ਰੱਖਿਏ ਪਾਲਿਸ਼ ਕਸਵੱਟੀ ਉੱਤੇ ਪੂਰੀ ਨਹੀਂ ਉਤਰਦੀ ਪਾਲਿਸ਼ ਕੀਤੀ ਹੋਈ ਆਮ ਬੰਦਾ ਤੇ ਭਰਮ ਖਾ ਜਾਏਗਾ ਇਸ ਗੱਡੀ ਨੂੰ ਆਪਾਂ ਰੋਗਣ ਕਰ ਲਿਆ ਰੰਗ ਕਰ ਲਿਆ ਪਰ ਜਿਹੜਾ ਜਾਣਕਾਰ ਹੋਣੇ ਤੇ ਵੇਂਦਿਆਂ ਸਾਰਾ ਰੱਖ ਦੇਣਾ ਵੀ ਇਹ ਰੰਗ ਹੋਈ ਗੱਡੀ ਇਹਦਾ ਰੋਗਣ ਕੀਤਾ ਹੋਇਆ ਪਾਲਿਸ਼ ਪਰਮਾਤਮਾ ਦੇ ਘਰ ਵਿੱਚ ਪ੍ਰਵਾਨ ਨਹੀਂ ਹੈ ਇਹ ਸਾਰੀਆਂ ਪਾਲਿਸ਼ਾਂ ਨੇ ਨੀਲੇ ਚਿੱਟੇ ਪੀਲੇ ਕੱਪੜੇ ਉਤੇ ਕਕਾਰ ਪਾ ਲੈਣੇ ਜਨੇਊ ਪਾ ਲੈਣਾ ਸੁਨਨ ਇਹ ਸਾਰੀ ਪਾਲਿਸ਼ ਹੈ ਖੁਦਾ ਦੇ ਘਰ ਵਿੱਚ ਪਾਲਿਸ਼ ਪ੍ਰਵਾਨ ਨਹੀਂ ਪਾਲਿਸ਼ ਪ੍ਰਵਾਨ ਹੈ ਵੀ ਪਰ ਜਦੋਂ ਥੱਲੋਂ ਅੰਦਰੋਂ ਜੰਗਾਲ ਲਾ ਕੇ ਤੇ ਉੱਤੇ ਪਾਲਿਸ਼ ਕੀਤੀ ਜਾਏ ਫਿਰ ਪਾਲਿਸ਼ ਪਰਵਾਨ ਹੈ ਫਿਰ ਤੇ ਬੜਾ ਸੋਹਣਾ ਲੱਗਦਾ ਕਲਗੀਧਰ ਪਾਦਸ਼ਾਹ ਨੂੰ ਕਹਿੰਦੇ ਵੀ ਨੇ ਮੈਂ ਇੱਕ ਵਾਰੀ ਸ਼ਾਇਦ ਬੇਨਤੀ ਕੀਤੀ ਸੀ ਗੁਰੂ ਜਿਹੜਾ ਹੈ ਉਹ ਬਨਾਵਟ ਨੂੰ ਪਰਵਾਨ ਨਹੀਂ ਕਰਦਾ ਸਜਾਵਟ ਨੂੰ ਪਰਵਾਨ ਕਰ ਲੈਂਦਾ ਤੇ ਸਜਾਵਟ ਉਹ ਚੰਗੀ ਹੁੰਦੀ ਹੈ ਜਿਹਦੀ ਜੜ੍ਹਾਂ ਵਿੱਚੋਂ ਮੈਲ ਨਿਕਲ ਜਾਏ ਸਜਾਵਟ ਨੂੰ ਪਰਵਾਨ ਕਰਦਾ ਫਿਰ ਮੈਂ ਆਪਣੇ ਵਿਸ਼ੇ ਦੇ ਨੇੜੇ ਰਹਾਂ ਗੁਰੂ ਨਾਨਕ ਦੇਵ ਕਹਿੰਦੇ ਨੇ ਉਸ ਰੇਗ ਮਾਰ ਦੇ ਨਾਲ ਜਿਵੇਂ ਲੋਹੇ ਦਾ ਜੰਗਾਲ ਲੈਂਦਾ ਹੈ ਤੂੰ ਆਪਣੇ ਮਨ ਦਾ ਜੰਗਾਲ ਲਾ ਦੇ ਤਾਂ ਇਹਦੇ ਉੱਤੇ ਆਪਣੇ ਆਪ ਰੋਗਣ ਹੋ ਜਾਏਗਾ ਜਦੋਂ ਅੰਦਰ ਧੁੱਪ ਗਿਆ ਫਿਰ ਪਰਤ ਕੇ ਤੈਨੂੰ ਕਹਿਣਾ ਹੀ ਨਹੀਂ ਪੈਣਾ ਵੀ ਪ੍ਰਮਾਤਮਾ ਕਿੱਥੋਂ ਆਏਗਾ ਕਿਉਂਕਿ ਤੂੰ ਅੰਦਰੋਂ ਕਹਿਣਾ ਸ਼ੁਰੂ ਕਰ ਦੇਗਾ ਕਿ ਜਿਹਨੂੰ ਬਾਹਰੋਂ ਖੋਜਦੇ ਸਾਂ ਉਹ ਤੇ ਬਿਲਕੁਲ ਨੇੜੇ ਬੈਠਾ ਸੀ ਇਹਦੇ ਉੱਤੇ ਇੱਕ ਬੜੀ ਪਿਆਰੀ ਕਹਾਣੀ ਲਿਖੀ ਗੁਰਮਖਾਂ ਨੇ ਬਈ ਕਿਵੇਂ ਮਨੁੱਖ ਦਾ ਜੀਵਨ ਜਿਹੜਾ ਹੈ ਉਹ ਚਮਕ ਸਕਦਾ ਹੈ ਸਾਫ਼ ਹੋ ਸਕਦਾ ਹੈ ਕਹਿੰਦੇ ਨੇ ਇੱਕ ਵਾਰੀ ਇੱਕ ਬਾਦਸ਼ਾਹ ਨੇ ਉਹਦੇ ਘਰ ਦੇ ਅੰਦਰ ਗੁਰੂ ਕੇ ਸਵਾਰਿਓ ਇੱਕ ਦੀਵਾਰ ਸੀ ਤੇ ਦੀਵਾਰ ਜਿਹੜੀ ਸੀ ਉਹਦੇ ਉੱਤੇ ਬੜਾ ਸੋਹਣੀ ਮੀਨਾਕਾਰੀ ਹੋਈ ਸੀ ਬੜੇ ਫੁੱਲ ਬੂਟੇ ਵਧੀਆ ਸੋਹਣੇ ਬੂਟੇ ਲੱਗੇ ਹੋਏ ਸਨ ਬਾਦਸ਼ਾ ਆਪਣੀ ਵਜ਼ੀਰ ਨੂੰ ਕਹਿੰਦਾ ਹੈ ਵੀ ਕਿਸੇ ਚਿੱਤਰਕਾਰ ਨੂੰ ਬੁਲਾ ਕੇ ਲਿਆਓ ਇਹਦੀ ਤਸਵੀਰ ਬਣਾ ਕੇ ਮੈਨੂੰ ਦੇ ਕਿਉਂਕਿ ਉਸ ਦੀਵਾਰ ਦੇ ਉੱਤੇ ਇਸ ਤਰ੍ਹਾਂ ਦੇ ਫੁੱਲ ਬੂਟੇ ਛਪੇ ਹੋਏ ਸਨ ਮੀਨਾਕਾਰੀ ਸੀ ਐਵੇਂ ਦੇ ਫਲ ਸਨ ਐਵੇਂ ਦੇ ਫੁੱਲ ਸਨ ਵੀ ਬਾਹਰੋਂ ਜਦੋਂ ਕੋਈ ਤੋਤਾ ਉੱਡ ਕੇ ਆਉਂਦਾ ਸੀ ਨਾ ਉਸ ਦੀਵਾਰ ਦੇ ਉੱਤੇ ਆ ਕੇ ਚਿੰਝਾਂ ਮਾਰਨ ਲੱਗ ਪੈਂਦਾ ਸੀ ਜਿਵੇਂ ਅਸਲੀ ਹੁੰਦੀ ਹੈ ਦੀਵਾਰ 'ਨ ਇੰਨਾ ਭੁਲੇਖਾ ਪੈਂਦਾ ਸੀ ਬਾਦਸ਼ਾਹ ਨੇ ਆਪਣੇ ਵਜ਼ੀਰ ਨੂੰ ਬੁਲਾਇਆ ਕਹਿਣ ਲੱਗੇ ਤੂੰ ਇੱਕ ਐਵੇਂ ਦਾ ਚਿੱਤਰਕਾਰ ਲੱਭ ਕੇ ਲਿਆ ਜਿਹੜਾ ਇਸ ਕੰਧ ਦੇ ਨਾਲ ਦੀ ਇੱਕ ਹੋਰ ਕੰਧ ਤਿਆਰ ਕਰਦਾ ਜਿਵੇਂ ਇਹ ਕੰਧ ਹੈ ਬਿਲਕੁਲ ਇਸ ਤਰ੍ਹਾਂ ਦਾ ਭੁਲੇਖਾ ਪਏ ਤੇ ਤੋਤੇ ਆ ਕੇ ਉਸ ਕੰਧ ਤੇ ਵੀ ਬਹਿਣ ਪਤਾ ਨਾ ਲੱਗੇ ਵੀ ਅਸਲੀ ਏ ਕਿ ਨਕਲੀ ਹੈ ਇੱਕ ਪਾਸੇ ਪਹਿਲਾਂ ਬਣੀ ਹੋਈ ਦੀਵਾਰ ਹੈ ਸੀ ਬੜੀ ਸੋਹਣੀ ਸੀ بڑے ਚਿੱਤਰਕਾਰ ਮਂਗਾਏ ਗੇ ਉਹਨਾਂ ਨੇ ਆਪਣਾ ਆਪਣਾ ਹੁਨਰ ਦਿਖਾਇਆ ਉਹਨਾਂ ਨੇ ਉਸ ਦੀਵਾਰ ਦੀ ਚਿੱਤਰਕਾਰੀ ਕੀਤੀ ਦੂਸਰੀ ਦੀਵਾਰ ਤੇ ਛਾਪਦੇ ਰਹੇ ਕਈ ਸਾਲ ਲੰਘ ਗਏ ਬਾਦਸ਼ਾਹ ਆਉਂਦਾ ਹੈ ਉਹ ਤੋਤਾ ਛੱਡਦਾ ਹੈ ਪਰ ਤੋਤਾ ਦੀਵਾਰ ਤੇ ਨਹੀਂ ਬੈਠਦਾ ਕਿਉਂਕਿ ਉਹ ਬਣਦੀ ਨਹੀਂ ਪੂਰੀ ਤਰ੍ਹਾਂ ਕਈ ਸਾਲ ਲੰਘ ਗਏ ਇੱਕ ਬਜ਼ੁਰਗ ਚਿੱਤਰਕਾਰ ਆਇਆ ਉਹਨੇ ਇੱਕ ਗੱਲ ਕਹੀ ਸੀ ਰਾਜਨ ਮੈਂ ਇਹ ਸਾਰੀ ਸ਼ਿੰਦਰੀ ਉਸੇ ਤਰ੍ਹਾਂ ਦੀ ਬਣਾ ਦੇਵਾਂਗਾ ਜਿਵੇਂ ਇਸ ਦੀਵਾਰ ਤੇ ਬਣੀ ਹੈ ਪਰ ਮੈਨੂੰ 6 ਮਹੀਨੇ ਦਾ ਵਕਤ ਚਾਹੀਦਾ ਹੈ ਸਮਾਂ ਚਾਹੀਦਾ ਕਹਿਣ ਲੱਗਾ ਸਮਾਂ ਮਿਲ ਸਕਦਾ ਹੈ ਕਹਿਣ ਲੱਗੇ ਉਸ ਵਕਤ ਦੇ ਤੱਕ ਮੈਨੂੰ ਟੋਕਣਾ ਨਹੀਂ 6 ਮਹੀਨੇ ਮੈਂ ਕੰਮ ਕਰਾਂਗਾ ਇਹਦੇ ਤੇ ਕਹਿੰਦੇ ਨੇ 6 ਮਹੀਨੇ ਮਿਲ ਗਏ ਤੇ ਉਹ ਜਿਹੜੀ ਦੀਵਾਰ ਸੀ ਨਾ ਸੰਗ ਮਰ ਮਰਦੀ ਉਹਦੇ ਉੱਤੇ ਜੰਗਾਲ ਲੱਗਾ ਹੋਇਆ ਸੀ ਜਿਹਦੇ ਉੱਤੇ ਸਾਰੇ ਆ ਕੇ ਛਾਪਦੇ ਸਨ ਤੇ ਬਣਦਾ ਨਹੀਂ ਸੀ ਸਾਰੇ ਆ ਕੇ ਫੁੱਲ ਬੂਟੇ ਪਾਉਂਦੇ ਸਾਨੂੰ ਬਕਾਰ ਬਣ ਜਾਂਦੇ ਸਨ ਕਹਿੰਦੇ ਨੇ ਉਹਨੇ ਰੇਗ ਮਾਰ ਲਿਆਂਦਾ ਤੇ ਉਸ ਕੰਧ ਦੇ ਉੱਤੇ ਰਗੜਨਾ ਸ਼ੁਰੂ ਕਰ ਦਿੱਤਾ ਉਹਦੀ ਮੈਲ ਜਿਹੜੀ ਸੀ ਲਾਹਣੀ ਸ਼ੁਰੂ ਕਰ ਦਿੱਤੀ ਇੱਕ ਮਹੀਨਾ ਦੋ ਮਹੀਨਾ ਤਿੰਨ ਮਹੀਨੇ ਚਾਰ ਮਹੀਨੇ ਲੰਘ ਗਏ ਉਹ ਦੀਵਾਰ ਨੂੰ ਰਗੜਦਾ ਹੀ ਰਿਹਾ ਸਾਫ਼ ਕਰਦਾ ਰਿਹਾ ਤੇ ਬਾਦਸ਼ਾਹ ਕਈ ਵਾਰੀ ਲੰਘਦਾ ਹੈ ਉਹਨੂੰ ਕਹਿੰਦਾ ਉਹ ਬੂਟੇ ਕਦੋਂ ਛਾਪੇਗਾ ਤੂੰ ਤੇ ਸਾਰਾ ਟਾਈਮ ਜਿਹੜਾ ਇਹਨੂੰ ਇਹਦੀ ਜੰਗਾਲ ਲਾਉਣ ਵਾਸਤੇ ਲਾਈ ਜਾਣਾ ਸਮਾਂ ਥੋੜਾ ਰਹਿ ਗਿਆ ਜਲਦੀ ਕਰ ਤੂੰ 6 ਮਹੀਨੇ ਮੰਗੇ ਸਨ 5 ਮਹੀਨੇ ਤੈਨੂੰ ਹੋ ਗਏ ਨੇ ਦੀਵਾਰ ਨੂੰ ਰਗੜਦਿਆਂ ਨੂੰ ਸਾਫ਼ ਕਰਦਿਆਂ ਨੂੰ ਤੇ ਕਿੰਨਾ ਦਿਨਾਂ ਵਿੱਚ ਬੂਟੇ ਤਿਆਰ ਕਰੇਂਗਾ ਕਲਮ ਲੈ ਕੇ ਉਹ ਕਹਿੰਦਾ ਬਾਦਸ਼ਾਹ ਮੈਂ ਆਪਣਾ ਕੰਮ ਤੈਨੂੰ 6 ਮਹੀਨਿਆਂ ਵਿੱਚ ਦੇ ਦੇਵਾਂਗਾ ਉਹਨਾਂ ਚਿਰ ਮੈਨੂੰ ਟੋਕਣਾ ਨਹੀਂ ਸਾਰੇ ਹੈਰਾਨ ਸਨ ਵੇ ਜਦੋਂ 2-4 ਦਿਨ ਬਚ ਗਏ ਉਦੋਂ ਵੀ ਅਜੇ ਉਹ ਛਾਪਣ ਨਹੀਂ ਸੀ ਲੱਗਾ ਅਜੇ ਵੀ ਉਹ ਦੀਵਾਰ ਨੂੰ ਸਾਫ ਹੀ ਕਰੀ ਜਾਂਦਾ ਸੀ ਰੇਗ ਮਾਰਦੇ ਨਾਲ ਤੇ ਜਿੱਦਣ ਅਖੀਰਲਾ ਦਿਨ ਆਇਆ ਉਹਨੇ ਦੀਵਾਰ ਬਿਲਕੁਲ ਸਾਫ ਕਰਕੇ ਚਮਕਾ ਕੇ ਉਹਦੇ ਅੱਗੇ ਪਰਦਾ ਲਾ ਦਿੱਤਾ ਜਦੋਂ ਉਹਦੇ ਅੱਗੇ ਪਰਦਾ ਲਾਇਆ ਤੇ ਬਾਦਸ਼ਾਹ ਨੂੰ ਬੁਲਾਇਆ ਗਿਆ ਜਸ਼ਨ ਹੋਇਆ ਸਾਹਮਣੇ ਸਾਰੇ ਬੈਠ ਗਏ ਉਹਨੇ ਜਦੋਂ ਉਸ ਦੀਵਾਰ ਤੋਂ ਪੜਦਾ ਚੁੱਕਿਆ ਨਾ ਜਿਹੜੀ ਦੀਵਾਰ ਦੇ ਸਾਹਮਣੇ ਦੂਜੀ ਬਣੀ ਹੋਈ ਦੀਵਾਰ ਸੀ ਇੱਕਦਮ ਉਹ ਦੀਵਾਰ ਇੰਨੀ ਸ਼ੀਸ਼ੇ ਵਾਂਗੂ ਸਾਫ਼ ਹੋ ਚੁੱਕੀ ਸੀ ਰਗੜ ਰਗੜ ਕੇ ਕਿ ਉਹ ਜਿਹੜੀ ਦੀਵਾਰ ਪਹਿਲਾਂ ਬਣੀ ਸੀ ਅਸਲੀ ਜਿਹਦੇ ਨਾਲ ਦੀ ਬਾਦਸ਼ਾ ਬਣਵਾਉਣੀ ਚਾਹੁੰਦਾ ਸੀ ਇੱਕਦਮ ਉਹਦਾ ਪਰਛਾਵਾਂ ਪਿਆ ਤੇ ਉਹਦੀ ਤਸਵੀਰ ਉਹਦੇ ਵਰਗੀ ਹੀ ਉਸ ਦੀਵਾਰ ਦੇ ਵਿੱਚੋਂ ਉਗੜ ਕੇ ਸਾਹਮਣੇ ਆਉਣੀ ਸ਼ੁਰੂ ਹੋ ਗਈ ਉਹਨੇ ਛਾਪਿਆ ਕੁਝ ਨਹੀਂ ਸੀ ਉਹਨੇ ਤੋਤੇ ਛੱਡੇ ਤੇ ਤੂ ਤਾਂ ਆ ਕੇ ਉਲਝ ਗਿਆ ਉਹ ਸਾਫ ਦੀਵਾਰ ਦੇ ਨਾਲ ਜਿਹਦੇ ਉੱਤੇ ਛਾਪਿਆ ਕੁਝ ਨਹੀਂ ਸੀ ਕੇਵਲ ਸਾਫ ਕੀਤੀ ਸੀ ਬਾਦਸ਼ਾਹ ਕਹਿੰਦਾ ਇੱਕ ਦਿਨ ਵਿੱਚ ਤੂੰ ਬਣਾ ਦਿੱਤਾ ਏ ਤੇ ਬੜਾ ਵੱਡਾ ਕੰਮ ਸੀ ਜੇ ਕੱਲ ਇਸ ਦੀਵਾਰ ਤੇ ਕੁਝ ਨਹੀਂ ਸੀ ਤੇ ਰਾਤੋਂ ਰਾਤ ਤੂੰ ਕਿਵੇਂ ਤਿਆਰ ਕਰ ਦਿੱਤਾ ਉਹ ਕਹਿੰਦਾ ਬਾਦਸ਼ਾਹ ਅਸਲ ਵਿੱਚ ਮੈਂ ਛਾਪਿਆ ਕੁਝ ਨਹੀਂ ਮੈਂ ਸਿਰਫ ਦੀਵਾਰ ਸਾਫ ਕੀਤੀ ਹੈ ਮੈਂ ਕੁਝ ਨਹੀਂ ਛਾਪਿਆ ਮੈਂ ਸਿਰਫ ਦੀਵਾਰ ਸਾਫ਼ ਕੀਤੀ ਇਹ ਜੰਗਾਲ ਲਾਇਆ ਤੇ ਜੰਗਾਲ ਲਾਉਣ ਤੋਂ ਬਾਅਦ ਦੀਵਾਰ ਇੰਨੀ ਸਾਫ਼ ਹੋ ਗਈ ਏ ਵੀ ਉਧਰ ਵਾਲੀ ਤਸਵੀਰ ਇਹਦੇ ਵਿੱਚੋਂ ਝਲਕਣ ਲੱਗ ਪਈ ਹੈ ਕਹਿਣ ਤੋਂ ਭਾਵ ਸਿੱਖ ਯਤਨ ਕਰਦਾ ਹੈ ਗਿਆਨ ਦੀਆਂ ਗੱਲਾਂ ਦੇ ਬੂਟੇ ਆਪਣੇ ਉੱਤੇ ਛਾਪੀ ਜਾਏ ਛਾਪੀ ਜਾਏ ਸ਼ਾਇਦ ਗੁਰੂ ਮੇਰੇ ਉੱਤੇ ਖੁਸ਼ ਹੋ ਜਾਣਗੇ ਪਰ ਅਸਲ ਵਿੱਚ ਇਹ ਗੱਲ ਨਹੀਂ ਸੀ ਅਸਲ ਵਿੱਚ ਨਾਮ ਤੇ ਸ਼ਬਦ ਦੀ ਕਮਾਈ ਦੇ ਨਾਲ ਅੰਦਰ ਮਨ ਦੇ ਸ਼ੀਸ਼ੇ ਨੂੰ ਗੁਰੂ ਕੇ ਸ਼ਬਦ ਦੇ ਰੇਗ ਮਾਰ ਦੇ ਨਾਲ ਰਗੜਨਾ ਸੀ ਤੇ ਰਗੜਦਿਆਂ ਰਗੜਦਿਆਂ ਜਦ ਤਨ ਗੁਰੂ ਕੇ ਸਨਮੁਖਾ ਜਾਂਦੇ ਉਸ ਦਿਨ ਫਿਰ ਇਹ ਘਟਨਾ ਵਾਪਰ ਜਾਣੀ ਸੀ ਕਿ ਕਬੀਰ ਕੌਣ ਹੈ ਤੇ ਪ੍ਰਮਾਤਮਾ ਕੌਣ ਹੈ ਕਿਉਂਕਿ ਦੋਹਾਂ ਦੀ ਤਸਵੀਰ ਆਪਸ ਵਿੱਚ ਆਉਣ ਲੱਗ ਪਈ ਸੰਤ ਦੇ ਅਰਥ ਵੀ ਇਹ ਨੇ ਸੰਤ ਦੇ ਅਸਲੀ ਅਰਥ ਇਹ ਨੇ ਜਿੰਨੇ ਆਪਣੇ ਮਨ ਦੀ ਦੀਵਾਰ ਨੂੰ ਇੰਨਾ ਸਾਫ਼ ਕਰ ਦਿੱਤਾ ਹੈ ਵੀ ਹੁਣ ਲੋਕਾਂ ਨੂੰ ਭੁਲੇਖਾ ਪੈਣਾ ਸ਼ੁਰੂ ਹੋ ਗਿਆ ਵੀ ਰੱਬ ਕਿਹੜਾ ਹੈ ਤੇ ਸੰਤ ਕਿਹੜਾ ਹੈ ਕਿਉਂਕਿ ਪਰਮਾਤਮਾ ਦੀ ਤਸਵੀਰ ਉਹਦੇ ਵਿੱਚੋਂ ਸਾਫ਼ ਦਿਸਣ ਲੱਗ ਗਈ ਇਸ ਲਈ ਇੱਕ ਤੁਰਦਾ ਫਿਰਦਾ ਪਰਮਾਤਮਾ ਹੈ ਧਾਰਮਿਕ ਮਨੁੱਖ ਗੁਰੂ ਗੋਬਿੰਦ ਸਿੰਘ ਮਹਾਰਾਜ ਕਹਿੰਦੇ ਨੇ ਕਹਿਣ ਲੱਗੇ ਜੇ ਤੂੰ ਮਨ ਨੂੰ ਸਾਫ਼ ਕਰਨਾ ਹੈ ਸੁੰਨ ਵਿੱਚ ਜਾਣਾ ਹੈ ਅੰਦਰ ਨੂੰ ਸੋਧਣਾ ਹੈ ਤੇ ਫਿਰ ਗਿਆਨ ਹੈ ਕੀ ਬੜਨੀ ਮਨੋਂ ਹਾਥ ਲੈ ਮਨ ਦੇ ਹੱਥ ਵਿੱਚ ਗਿਆਨ ਦੀ ਬੌਕਰ ਫੜ ਕੇ ਅੰਦਰੋਂ ਕੂੜਾ-ਕਬਾੜ ਕੱਢ ਦੇ ਵਿਕਾਰਾਂ ਦਾ ਗਿਆਨ ਕੀ ਬਡਣੀ ਮਨੋਂ ਹਾਥ ਲੈ ਕਾਤਰਤਾ ਕਾਤਰਤਾ ਦਾ ਅਰਥ ਹੁੰਦਾ ਹੈ ਕਤਰੇ ਵਿਕਾਰ ਜਿਹੜਾ ਕੂੜਾ ਪਿਆ ਅੰਦਰ ਕਾਤਰਤਾ ਕੁਤਵਾਰ ਬੁਹਾਰੈ ਧਨ ਜਿਓ ਤੇ ਕੋ ਜਗ ਮੈਂ ਗਿਆਨ ਕੀ ਬਡਣੀ ਮਨੋਂ ਹਾਥ ਲੈ ਕਾਤਰਤਾ ਕੁਤਵਾਰ ਬੁਹਾਰੈ ਕਹਿਣ ਲੱਗੇ ਇਸ ਤਰੀਕੇ ਦੇ ਨਾਲ ਧਨ ਜਿਓ ਤੇ ਕੋ जग ਮੈਂ ਮੁਖ ਤੇ ਹਰ ਚਿਤ ਮੈਂ ਜੁਧ ਵਿਚਾਰ ਇਹ ਵਿਸ਼ਾ ਹੈ ਸੁਣ ਵਿੱਚ ਜਾਣ ਦਾ ਕਿਸੇ ਸਵਾਲ ਕੀਤਾ ਲੰਬਾ ਸ਼ਬਦ ਹੈ ਅਖਰੀ ਅਰਥ ਆਪਾਂ ਸਮਝਣ ਦਾ ਯਤਨ ਕਰੀਏ ਕਬੀਰ ਜੀ ਉਸ ਅਵਸਥਾ ਵਿੱਚ ਜਾਣ ਵਾਸਤੇ ਇੱਕ ਜਗਿਆਸੂ ਦੇ ਜਵਾਬ ਦੇ ਅੰਦਰ ਕਿਹੜੇ ਸ਼ਬਦ ਬੋਲ ਰਹੇ ਹਨ ਜੀ ਗੌੜੀ ਜੀਵਤ ਮਰੈ ਮਰੈ ਫੁਨ ਜੀਵੈ ਐਸੇ ਸੁਣ ਸਮਾਇਆ ਕਬੀਰ ਜੀ ਕਹਿੰਦੇ ਨੇ ਕਿਵੇਂ ਉਸ ਅਵਸਥਾ ਨੂੰ ਪ੍ਰਾਪਤ ਕੀਤਾ ਜਾ ਸਕੇ ਜਿਸ ਨੂੰ ਭਗਤਾਂ ਦੀ ਅਵਸਥਾ ਕਹਿੰਦੇ ਨੇ ਜਿਸ ਨੂੰ ਗੁਰਮੁਖਾਂ ਦੀ ਅਵਸਥਾ ਕਹਿੰਦੇ ਨੇ ਕਹਿਣ ਲੱਗੇ ਜੀਵਤ ਮਰੇ ਜੀਵਤ ਮਰੇ ਦਾ ਅਰਥ ਹੈ ਸਰੀਰ ਦੇ ਜਿਉਂਦਿਆਂ ਹੋਇਆਂ ਸਰੀਰ ਦੇ ਰਸਾਂ ਤੋਂ ਨਿਰਲੇਪ ਹੋ ਜਾਏ ਇਹਨਾਂ ਦੇ ਪ੍ਰਭਾਵ ਤੋਂ ਮੁਕਤ ਹੋ ਜਾਏ ਇਹਨੂੰ ਕਹਿੰਦੇ ਜੀਵਤ ਮਰੇ ਜੀਵਤ ਮਰੇ ਤੇ ਜਦੋਂ ਇਹਨਾਂ ਰਸਾਂ ਵੱਲੋਂ ਮਰ ਜਾਏਗਾ ਮਨੁੱਖ ਚੰਗੀ ਤਰ੍ਹਾਂ ਮਰ ਫੁਨ ਉਸ ਮੌਤ ਤੋਂ ਬਾਅਦ ਜੀਵੈ ਫਿਰ ਉਹਦਾ ਜਨਮ ਹੋ ਜਾਏਗਾ ਯਾਦ ਰੱਖਿਏ ਜਿੰਨਾ ਚਿਰ ਮੌਤ ਦੇ ਇਸ ਦਰਵਾਜ਼ੇ ਵਿੱਚੋਂ ਅਸੀਂ ਨਹੀਂ ਲੰਘਦੇ ਉਹਨਾਂ ਚਿਰ ਅਸੀਂ ਧਾਰਮਿਕ ਨਹੀਂ ਬਣ ਸਕਦੇ ਬੜੇ ਚਿਰ ਦੇ ਤਰਲੇ ਲੈ ਰਹੇ ਹਾਂ ਕਿਵੇਂ ਨਾਮ ਜਪਿਆ ਜਾ ਸਕਦਾ ਹੈ ਮਨ ਜਾਣਤ ਸਭ ਬਾਤ ਕਿਹੜਾ ਰਸਤਾ ਹੈ ਜੀਵਤ ਮਰੇ ਮਰੇ ਫੁਨ ਜੀਵੈ ਹੁਣ ਨਾ ਬੰਦਾ ਇਹਨਾਂ ਰਸਾਂ ਨੂੰ ਛੱਡੇ ਤੇ ਨਾ ਬੰਦਾ ਆਪਣੇ ਸਰੀਰ ਦੇ ਰਸਾਂ ਨੂੰ ਤਿਆਗੇ ਨਾ ਇਹਦੀ ਪਹਿਲੀ ਮੌਤ ਹੋਵੇ ਤੇ ਨਾ ਉਸ ਮੌਤ ਤੋਂ ਬਾਅਦ ਨਵਾਂ ਜੀਵਨ ਹੋਵੇ ਤਾਂ ਇਹ ਤੇ ਜੀਵਨ ਲਟਕਿਆ ਰਹਿੰਦਾ ਵਿੱਚ ਅਸੀਂ ਲਟਕੇ ਹੋਇਆ ਬਿਲਕੁਲ ਵਿਚਕਾਰ ਕਿਉਂਕਿ ਫੈਸਲਾ ਕਰਨ ਦੀ ਬਿਰਤੀ ਨਹੀਂ ਹੈ ਅੰਦਰ ਅੰਦਰ ਇਰਾਦਾ ਨਹੀਂ ਹੈ ਵੀ ਆਪਾਂ ਇੱਕਦਮ ਜੂਆ ਖੇਡ ਜਾਈਏ ਜੀਵਨ ਵਿੱਚ ਇਸ ਲਈ ਜੀਵਤ ਮਰੇ ਜੇ ਕੋਈ ਬੰਦਾ ਇੰਨਾ ਹਿੰਮਤ ਵਾਲਾ ਬਣ ਜਾਏ ਇਹਦੇ ਵਿੱਚ ਬੜੀ એનર્ਜੀ ਚਾਹੀਦੀ ਬੜੀ ਹਿੰਮਤ ਜਿਵੇਂ ਕਿਸੇ ਦਰਿਆ ਵਿੱਚ ਛਾਲ ਮਾਰਨੀ ਹੁੰਦੀ ਹੈ ਜਿਵੇਂ ਕਿਸੇ ਵੱਲਦੇ ਹੋਏ ਅੱਗ ਦੇ ਭਾਵਣ ਵਿੱਚੋਂ ਪਾਰ ਹੋਣਾ ਹੈ ਹਿੰਮਤ ਚਾਹੀਦੀ ਹੈ ਇਹਦੇ ਵਿੱਚ ਨਹੀਂ ਕਰ ਸਕਦਾ ਮਨੁੱਖ ਅਮਰਤ ਪਾਣ ਤੇ ਕਰਨਾ ਸੀ ਜੀ ਘਰਦਿਆਂ ਤੋਂ ਪੁੱਛ ਆਈਏ ਫਿਰ ਇਹੋ ਹੀ ਅਵਸਥਾ ਹੈ ਇਸ ਲਈ ਇਹ ਛੱਡਿਆ ਨਹੀਂ ਜਾ ਸਕਦਾ ਮਨੁੱਖ ਵਿੱਚ ਲਟਕਿਆ ਹੋਇਆ ਜੀਵਤ ਮਰੈ ਮਰੈ ਫਨ ਜਿਵੇ ਇਹ ਇਸ ਤਰ੍ਹਾਂ ਦੀ ਅਵਸਥਾ ਹੈ ਜਿਹਨੂੰ ਕਬੀਰ ਜੀ ਕਹਿੰਦੇ ਪਾਛੈ ਪਾਉ ਨਾ ਦੀਜੀਐ ਆਗੇ ਹੋਏ ਸੋ ਹੋਏ ਜਿਹਨੂੰ ਕਬੀਰ ਸਾਹਿਬ ਬਾਣੀ ਵਿੱਚ ਕਹਿੰਦੇ ਨੇ ਕਹਿਣ ਲੱਗੇ ਹੁਣ ਪਿਛਾਂ ਵੇਖ ਨਾ ਜੇ ਅੱਗੇ ਲੰਘਣਾ ਹੀ ਸਫ਼ਰ ਤੈਅ ਕਰਨਾ ਹੈ ਤੇ ਪਿਛਲਿਆਂ ਨੂੰ ਛੱਡ ਦੇ ਐਵੇਂ ਦਾ ਸਫ਼ਰ ਹੈ ਕਿ ਕੋਈ ਮਨੁੱਖ ਦੇ ਜੁਵੇ ਨੂੰ ਪੂਰੀ ਤਰ੍ਹਾਂ ਖੇਡਦਾ ਦਾਤ ਇਲਾਜ ਆਇ ਇਸ ਲਈ ਜਦੋਂ ਇਤਿਹਾਸ ਪੜਦੇ ਹੋ ਤੇ ਕੋਈ ਸੰਸਾਰੀ ਬੰਦੇ ਇੰਨੇ ਵੱਡੇ ਭਗਤ ਨਹੀਂ ਬਣੇ ਜਿੰਨਾ ਕੌੜਾ ਬਣ ਗਿਆ ਕਾਰਨ ਕੀ ਸੀ ਜਿੰਨਾ ਸੱਜਣ ਬਣ ਗਿਆ ਜਿੰਨਾ ਭੂਮੀਆਂ ਚੋਰ ਭਗਤ ਬਣ ਗਿਆ ਬਾਬਾ ਬਿਧੀ ਚੰਦ ਬਣ ਗਏ ਭਾਈ ਆਲਮ ਸਿੰਘ ਜੀ ਬਣ ਗਏ ਇਹ ਕਿਉਂ ਹੋਇਆ ਇਹਨਾਂ ਲੋਕਾਂ ਦੇ ਵਿੱਚ ਹਿੰਮਤ ਸੀ ਵੀ ਜੋ ਕੁਝ ਹੋਏ ਸੋ ਹੋਏ ਇਹ ਜਿਹੜੇ ਲੋਕ ਸਨ ਇਨਾਂ ਦੇ ਵਿੱਚ ਹਿੰਮਤ ਸੀ ਜੋ ਹੋਏਗਾ ਵੇਖੀ ਜਾਏਗਾ ਬਸ ਛਾਲ ਮਾਰ ਦੇਣੀ ਸੰਸਾਰੀ ਬੰਦਾ ਤੇ ਵਿਚਾਰਾ ਕੰਬਦਾ ਰਹਿੰਦਾ ਹੈ ਤੋਲਦਾ ਰਹਿੰਦਾ ਕਿਤੇ ਮਰ ਨਾ ਜਾਈਏ ਕਿਤੇ ਇਹ ਨਾ ਹੋ ਜਾਏ ਘਾਟਾ ਪੈ ਜਾਏ ਉਹ ਨਾ ਹੋ ਜਾਏ ਪਰ ਉਸ ਥਾਂ ਤੇ ਕੋਈ ਪਰਵਾਹ ਨਹੀਂ ਹੁੰਦੀ ਜੋ ਹੁੰਦਾ ਹੋਏ ਐਸੇ ਮਨੁੱਖ ਹੀ ਇਸ ਦੁਨੀਆ ਵਿੱਚ ਅੱਗੇ ਵੱਧ ਸਕਦੇ ਨੇ ਇਸ ਲਈ ਕਹਿਣ ਲੱਗੇ ਜੀਵਤ ਮਰੇ ਮਰੇ ਫੁਨ ਜਿਵੈ ਜੇ ਤੂੰ ਇਸ ਗਲੀ ਵਿੱਚੋਂ ਲੰਘਣਾ ਤਾਂ ਐਸੇ ਸੁਨ ਸਮਾਇਆ ਇਸ ਤਰੀਕੇ ਦੇ ਨਾਲ ਉਸ ਅਫੁਰ ਅਵਸਥਾ ਵਿੱਚ ਜਿੱਥੇ ਵਿਚਾਰ ਨਹੀਂ ਜਿੱਥੇ ਕੇਵਲ ਪ੍ਰੇਮ ਹੈ ਕਬੀਰ ਜੀ ਕਹਿੰਦੇ ਨੇ ਜਾਇਆ ਜਾ ਸਕਦਾ ਹੈ ਅੰਜਨ ਮਾਹੀ ਨਰੰਜਨ ਰਹੀਐ ਬਹੁੜ ਨ ਭਵਜਲ ਪਾਇਆ ਅੰਜਨ ਦਾ ਅਰਥ ਹੁੰਦਾ ਹੈ ਕਾਲਖ ਸੁਰਮਾ ਜਿਸ ਨੂੰ ਕਹਿੰਦੇ ਅੰਜਨ ਮਾਹੀ ਇਸ ਸਰੀਰ ਰੂਪੀ ਕਾਲਖ ਦੇ ਘਰ ਵਿੱਚ ਰਹਿੰਦਿਆਂ ਨਿਰੰਜਨ ਇਹਦੇ ਤੋਂ ਨਿਰਲੇਪ ਰਹਿਣਾ ਸ਼ੁਰੂ ਕਰ ਦਈਏ ਨਿਰੰਜਨ ਦਾ ਅਰਥ ਹੈ ਮੈਲ ਤੋਂ ਰਹਿਤ ਅੰਜਨ ਮਾਹੇ ਨਿਰੰਜਨ ਰਹੀਐ ਇਸ ਤਰੀਕੇ ਦੇ ਨਾਲ ਬਹੁਰ ਨ ਭਵਜਲ ਪਾਇਆ ਪਰਤ ਕੇ ਫਿਰ ਇਹਨਾਂ ਦੁੱਖਾਂ ਦੇ ਸਾਗਰ ਵਿੱਚ ਨਹੀਂ ਪੈਣਾ ਪੈਂਦਾ ਜੀ ਮੇਰੇ RAM ਐਸਾ ਖੀਰ ਬਲੋਈਐ ਗੁਰਮਤ ਮੰਨੂਆ ਅਸਥਿਰ ਰੱਖੋ ਇਨ ਬਿਦ ਅੰਮ੍ਰਿਤ ਪੀ ਹੋਈਐ ਰਹਾਉ ਕਬੀਰ ਜੀ ਕਹਿੰਦੇ ਨੇ ਮੇਰੇ RAM ਇਨ ਬਿਦ ਖੀਰ ਬਲੋਈਐ ਖੀਰ ਸ਼ਬਦ ਦੇ ਅਰਥ ਦੁੱਧ ਬਣਦੇ ਨੇ ਤੇ ਇਥੇ ਖੀਰ ਦੇ ਅਰਥ ਨੇ ਉਹ ਦੁੱਧ ਜਿਹੜਾ ਦਹੀਂ ਬਣਿਆ ਹੁੰਦਾ ਰਿੜਕਿਆ ਜਾਂਦਾ ਮੇਰੇ RAM ਇਨ ਬਿਦ ਖੀਰ ਬਲੋਈਐ ਇਸ ਸਰੀਰ ਰੂਪੀ ਖੀਰ ਨੂੰ ਇਸ ਤਰ੍ਹਾਂ ਗੁਰੂ ਕੇ ਸ਼ਬਦ ਨਾਲ ਰੜਕੀਦਾ ਹੈ ਤੇ ਇਹਦੇ ਵਿੱਚੋਂ ਜਿਹੜੀ ਲੱਸੀ ਹੈ ਉਹ ਬਾਹਰ ਕੱਢ ਦੇਦੀ ਏ ਤੇ ਮੱਖਣ ਹੱਥ ਵਿੱਚ ਆ ਜਾਂਦਾ ਹੈ ਗੁਰੂ ਕੇ ਸ਼ਬਦ ਦੀ ਮਧਾਣੀ ਦੇ ਨਾਲ ਕਬੀਰ ਜੀ ਨੂੰ ਬਾਣੀ ਵਿੱਚ ਬੜੇ ਪਿਆਰੇ ਲਫ਼ਜ਼ਾਂ ਵਿੱਚ ਕਹਿੰਦੇ ਨੇ ਕਬੀਰ ਮਾਇਆ ਡੋਲਣੀ ਪਵਨ ਝੁਕੋਲਣ ਹਾਰ ਇਹ ਸਰੀਰ ਮਾਇਆ ਦੀ ਡੋਲਣੀ ਹੈ ਮਾਇਆ ਦੀ ਮਟਕੀ ਹੈ ਚਾਟੀ ਹੈ ਕਬੀਰ ਮਾਇਆ ਡੋਲਣੀ ਪਵਨ ਝੁਕੋਲਣ ਹਾਰ ਤੇ ਸੁਵਾਸਾਂ ਦੇ ਨਾਲ ਸ਼ਬਦ ਦੇ ਨਾਲ ਇਹਨੂੰ ਰੜਕਿਆ ਜਾ ਰਿਹਾ ਹੈ ਸੰਤੋ ਮੱਖਣ ਖਾਇਆ ਰੱਬ ਦੇ ਪਿਆਰਿਆਂ ਨੇ ਇਹਦੇ ਵਿੱਚੋਂ ਨਾਮ ਅੰਮ੍ਰਿਤ ਦਾ ਮੱਖਣ ਝੰਡੋੜ ਕੇ ਕੱਢ ਕੇ ਖਾ ਲਿਆ ਛਾਚ ਪੀਏ ਸੰਸਾਰ ਤੇ ਆ ਸਾਰੇ ਸੰਸਾਰੀ ਲੋਕ ਲੱਸੀ ਪੀਂਦੇ ਫਿਰਦੇ ਨੇ ਪਾਪ ਵਿਕਾਰਾਂ ਵਿੱਚ ਖੁੱਬੇ ਪੈ ਇਹਦਾ ਮਤਲਬ ਵਿਕਾਰਾਂ ਦੇ ਵਿੱਚੋਂ ਅੰਮ੍ਰਿਤ ਕੱਢਿਆ ਖਿੱਚ ਕੇ ਉਹਨਾਂ ਦੇ ਵਿੱਚੋਂ ਮੰਥਨ ਕਰਕੇ ਉਹਨਾਂ ਨੂੰ ਰਿੜਕ ਕੇ ਲੱਸੀ ਸੰਸਾਰੀਆਂ ਨੇ ਪੀਲੀ ਮੱਖਣ ਮਹਾਪੁਰਖ ਖਾ ਗਏ ਰੱਬ ਦੇ ਪਿਆਰੇ ਸੰਤੋਂ ਮੱਖਣ ਖਾਇਆ ਕਿਉਂਕਿ ਉਹਨਾਂ ਨੇ ਮੱਖਣ ਵਿੱਚੋਂ ਵਿਰੋਲ ਕੇ ਝੰਜੋੜ ਕੇ ਰਿੜਕ ਕੇ ਵਿੱਚੋਂ ਕੱਢ ਲਿਆ ਤਤ ਕੱਢ ਕੇ ਆਪ ਲੈ ਗਏ ਤੇ ਬਾਕੀ ਦੀ ਲੱਸੀ ਢੋਲ ਦਿੱਤੀ ਇਸ ਲਈ ਸਰੀਰ ਦੇ ਵਿੱਚ ਹੀ ਸਾਰਾ ਕੁਝ ਹੈ ਕਹਿਣ ਲੱਗੇ ਮੇਰੇ RAM ਇਹਨੂੰ ਬਿਦ ਖੀਰ ਬਲੋਈਆ ਇਸ ਤਰ੍ਹਾਂ ਇਸ ਸਰੀਰ ਦੀ ਖੀਰ ਨੂੰ ਸਰੀਰ ਦੀ ਮਾਇਆ ਨੂੰ ਬਿਲਾ ਕੇ ਇਹਨੂੰ ਰਿੜਕਿਆ ਜਾਂਦਾ ਹੈ ਜੀ ਗੁਰ ਕੈ ਬਾਣ ਬਜਰ ਕਲ ਛੇਦੀ ਪ੍ਰਗਟਿਆ ਪਦ ਪ੍ਰਗਾਸਾ ਗੁਰ ਕੈ ਬਾਣ ਬਜਰ ਕਲ ਛੇਦੀ ਬਾਣ ਦਾ ਅਰਥ ਹੈ ਤੀਰ ਗੁਰੂ ਕੇ ਸ਼ਬਦ ਦੇ ਤੀਰ ਦੇ ਨਾਲ ਬਜਰ ਕਲ ਕਲ ਦਾ ਭਾਵ ਹੈ ਮਨ ਦਾ ਕਲ ਕਲੇਸ਼ ਫੁਰਨੇ ਵਿਚਾਰ ਗੁਰੂ ਕੇ ਸ਼ਬਦ ਦੇ ਤੀਰ ਦੇ ਨਾਲ ਮਨ ਦੇ ਜਿਹੜੇ ਅੰਦਰ ਕਲ ਕਲੇਜ ਸਨ ਜਿਹੜੇ ਨਹੀਂ ਸਨ ਟੁੱਟਦੇ ਉਹ ਗੁਰੂ ਕੇ ਸ਼ਬਦ ਨਾਲ ਤੋੜ ਦਿੱਤੇ ਗਏ। ਮਨ ਕਹਿ ਕਹਿ ਲਗੇ ਗੁਰ ਕੈ ਬਾਣ ਬਜਰ ਕਲ ਛੇਦੀ ਉਪਜਿਆ ਪਦ ਪ੍ਰਗਾਸਾ ਉਹ ਅਵਸਥਾ ਪ੍ਰਾਪਤ ਹੋ ਗਈ ਜਿਹਦੇ ਵਿੱਚ ਪ੍ਰਕਾਸ਼ ਹੈ। ਹੁਣ ਇਹ ਸਾਰਾ ਜਿਹੜਾ ਇੱਥੇ ਪੰਕਤੀ ਹੈ ਨਾ ਇਹ ਪਿਛਲੇ ਸਾਰੇ ਸ਼ਬਦ ਦੀ ਵਿਆਖਿਆ ਕਰਦਾ ਜਿਦੇ ਅੰਦਰ ਗੁਰੂ ਕੇ ਸਵਾਰਿਓ ਮਨ ਨੂੰ ਰੋਕਣ ਦੀ ਗੱਲ ਕੀਤੀ ਗਈ ਵਿਚਾਰ ਰਹਿ ਧੋਣ ਦੀ ਗੱਲ ਕੀਤੀ ਗਈ ਮਨ ਨੂੰ ਰੋਕ ਕੇ ਕਹਿਣ ਲੱਗੇ ਵਿਚਾਰਾਂ ਨੂੰ ਗੁਰੂ ਕੇ ਸ਼ਬਦ ਨਾਲ ਤੋੜ ਕੇ ਪ੍ਰਕਾਸ਼ ਦਾ ਦੀਵਾ ਬਾਲ ਲਿਆ ਜਾਂਦਾ ਹੈ ਜੀ ਸਖਤ ਅਧੀਰ ਜੀਵੜੀ ਭ੍ਰਮ ਚੂਕਾ ਨਿਹਚਰ ਸ਼ਿਵ ਕਰ 바ਸਾ ਸਖ ਲੱਗੇ ਉਹ ਹਨੇਰੀ ਦੀ ਰੱਸੀ ਮਾਇਆ ਦੀ ਰੱਸੀ ਸਖਤ ਕਰ ਸਖਤ ਦੇ ਅਰਥ ਨੇ ਮਾਇਆ ਮਾਇਆ ਦੀ ਰੱਸੀ ਤੇ ਭ੍ਰਮ ਜਿਹੜਾ ਇਹ ਮਨ ਨੂੰ ਬੱਝਾ ਹੋਇਆ ਸੀ ਉਹ ਸਾਰਾ ਟੁੱਟ ਗਿਆ ਤੇ ਗੁਰੂ ਕੇ ਸਵਾਰਿਓ ਉੱਚੀ ਅਵਸਥਾ ਮਨ ਦਾ ਉੱਚਾਪਨ ਪ੍ਰਾਪਤ ਹੋ ਗਿਆ ਜੀ ਤਿੰਨ ਬਿੰਨ ਬਾਣ ਧਨਖ ਚੜਾਈਐ ਇਹ ਜਗ ਬੇਦਿਆ ਭਾਈ ਇਹਨੂੰ ਕਹਿਣ ਲੱਗੇ ਇਸ ਤਰੀਕੇ ਦੇ ਨਾਲ ਬਾਣ ਧਨਖ ਚੜਾਈਐ ਗੁਰੂ ਕੇ ਸ਼ਬਦ ਦਾ ਧਨਖ ਬਾਣ ਦੇ ਵਿੱਚ ਚੜਾਇਆ ਜਾਏ ਭਾਵ ਸੁਰਤ ਦੇ ਵਿੱਚ ਕੱਸਿਆ ਜਾਏ ਤੇ ਉਹਨੂੰ ਚਲਾ ਕੇ ਮਨ ਦੇ ਵਿਕਾਰਾਂ ਨੂੰ ਛੇਦ ਦਿੱਤਾ ਜਾਏ ਇਹਨ ਵਿਦ ਇਸ ਤਰੀਕੇ ਦੇ ਨਾਲ ਕਿਉਂਕਿ ਗੁਰੂ ਦਾ ਸ਼ਬਦ ਤਾਂ ਤੀਰ ਹੈ ਪਰ ਸੁਰਤ ਬੰਦੇ ਨੂੰ ਕਮਾਨ ਆਪ ਨਹੀਂ ਬਣਾਉਣੀ ਪੈਗੀ ਗੁਰੂ ਦਾ ਸ਼ਬਦ ਤੀਰ ਰੂਪੀ ਹੈ ਉਹ ਜੀਵਨ ਨੂੰ ਅੰਦਰਲੇ ਵਿਕਾਰਾਂ ਨੂੰ मारेਗਾ ਜ਼ਰੂਰ ਪਰ ਜੇ ਗੁਰੂ ਕੇ ਸ਼ਬਦ ਨੂੰ ਆਪਣੇ ਮਨ ਦੀ ਸੁਰਤ ਦੀ ਕਮਾਨ ਦੀ ਤੰਦੀ ਤੇ ਚੜਾ ਕੇ ਚਲਾਇਆ ਜਾਏ ਇਕੱਲਾ ਤੀਰ ਤੇ ਹੱਥ ਵਿੱਚ ਫੜਿਆ ਹੋਇਆ ਜਿਵੇਂ ਆਪਾਂ ਸ਼ਬਦ ਲਿਆ ਹੈ ਨਾ ਗੁਰੂ ਤੋਂ ਅਮਰਤ ਲੈ ਲਿਆ ਅਮਰਤ ਛਕ ਲਿਆ ਸ਼ਬਦ ਲਿਆ ਸੀ ਸ਼ਬਦ ਲੈ ਲਿਆ ਸੀ ਪਰ ਚਲਾਇਆ ਕਿਤੇ ਵੀ ਨਹੀਂ ਨਾਮ ਲੈ ਲਿਆ ਸੀ ਆ ਕਈ ਵਾਰੀ ਤੇ ਅਸੀਂ ਕਹਿ ਦਿੰਦੇ ਹਾਂ ਸੰਗਤ ਵਿੱਚ ਨਾਮ ਕਿਉਂ ਜਪਾਇਆ ਜਾਂਦਾ ਹੈ ਤੇ ਜੇ ਟ੍ਰੇਨਿੰਗ ਸਥਾਨ ਹੈ ਜੇ ਤੀਰ ਚਲਾਉਣ ਦੀ ਇੱਥੇ ਨਾ ਜਾਂਚ ਦਸੀ ਤੇ ਫਿਰ ਹੋਰ ਕਿੱਥੇ ਚਲਾਵਾਂਗੇ ਇਹਦਾ ਮਤਲਬ ਅਸੀਂ ਤੀਰ ਫੜਨ ਵਾਸਤੇ ਲਿਆ ਹੈ ਸਜਾਵਟ ਵਾਸਤੇ ਚਲਾਉਣ ਵਾਸਤੇ ਨਹੀਂ ਹੈ ਤੀਰਸ ਆਪਣੇ ਸਾਰਿਆਂ ਕੋਲ ਨੇ ਅਸੀਂ ਸਾਰਿਆਂ ਤੀਰ ਲਿਆ ਹੋਇਆ ਕਿਉਂਕਿ ਇਹਦੇ ਉੱਤੇ ਬੜਾ ਜ਼ੋਰ ਦਿੱਤਾ ਜਾਂਦਾ ਹੈ ਅੰਮ੍ਰਿਤ ਪਾਣ ਕਰੋ ਸ਼ਬਦ ਲੈ ਲਓ ਨਾਮ ਪ੍ਰਾਪਤ ਕਰੋ ਪੰਜਾਂ ਪਿਆਰਿਆਂ ਤੋਂ ਵੈਸੇ ਤੇ ਅਸੀਂ ਇਸ ਗੱਲ ਤੱਕ ਜਾਂਦੇ ਨਹੀਂ ਵੀ ਅਸੀਂ ਅੰਮ੍ਰਿਤ ਕਿਉਂ ਛਕਣਾ ਹੈ ਉਹਦੇ ਵਿੱਚ ਸ਼ਬਦ ਲੈਣਾ ਹੈ ਸਾਂ ਅੰਮ੍ਰਿਤ ਪਾਣ ਕਰੋ ਬਸ ਤੇ ਉਹਦਾ ਭੁਲੇਖਾ ਇਹ ਪੈ ਗਿਆ ਵੀ ਪੰਜ ਕਕਾਰ ਧਾਰਨ ਕਰ ਲੈਣੇ ਅੰਮ੍ਰਿਤ ਛਕ ਲੈਣਾ ਕਾਫੀ ਬਸ ਗੱਲ ਮੁੱਕ ਗਈ ਨਹੀਂ ਗੁਰੂ ਕੇ ਸਵਾਰਿਓ ਉਹ ਤੀਰ ਕਿਹੜੇ ਕੰਮ ਦਾ ਜਿਹੜਾ ساری ਜ਼ਿੰਦਗੀ ਹੱਥ ਵਿੱਚ ਫੜ ਕੇ ਗੁਜ਼ਾਰ ਦਿੱਤਾ ਉਹ ਸ਼ਬਦ ਤੇ ਉਹ ਨਾਮ ਕਿਹੜੇ ਕੰਮ ਦਾ ਜਿਹੜਾ ਇੱਕ ਦਿਨ ਸੁਣ ਲਿਆ ਤੇ ਪਰਤ ਕੇ ਜਪਿਆ ਹੀ ਨਾ ਜੀਵਨ ਵਿੱਚ ਉਹਨੂੰ ਹੰਡਾਏ ਨਾ ਜ਼ਿੰਦਗੀ ਵਿੱਚ ਉਹ ਤੀਰ ਸਾਡੇ ਮਨ ਦੇ ਦੁਸ਼ਮਣਾਂ ਨੂੰ ਵਿਕਾਰਾਂ ਨੂੰ ਕਿਵੇਂ ਮਾਰ ਸਕੇਗਾ ਜਿੰਨਾ ਚਿਰ ਉਸ ਸ਼ਸਤਰ ਨੂੰ ਵਰਤਿਆ ਨਹੀਂ ਜਾ ਸਕਦਾ ਇਸ ਲਈ ਗੁਰੂ ਸਾਹਿਬ ਚਲਾਉਣ ਦੀ ਗੱਲ ਕਰਦੇ ਨੇ ਜਦੋਂ ਇਹ ਬਚਨ ਕਹਿੰਦੇ ਤੀਖਣ ਬਾਣ ਚਲਾਏ ਇਹ ਤਿੱਖੇ ਤੀਰ ਨੇ ਗੁਰੂ ਕੇ ਸ਼ਬਦ ਦੇ ਇਹਨਾਂ ਨੂੰ ਚਲਾ ਇਹ ਰੱਖਣ ਵਾਸਤੇ ਨਹੀਂ ਹਨ ਤੀਖਣ ਬਾਣ ਚਲਾਏ ਮਹਾਰਾਜ ਕਿਵੇਂ ਚਲਾਈਏ ਨਾਮ ਪ੍ਰਭ ਧਿਆਈ ਹੈ ਮਹਾ ਵਿਖਾਦੀ ਘਾਤ ਪੂਰਨ ਪ੍ਰਭ ਪਾਈ ਹੈ ਮਹਾ ਵਿਖਾਦੀ ਅੰਦਰ ਦੇ ਜਿਹੜੇ ਵਿਕਾਰ ਨੇ ਉਹਨਾਂ ਨੂੰ ਘਾਤ ਕੇ ਉਹਨਾਂ ਨੂੰ ਵੱਢ ਕੇ ਖਤਮ ਕਰਕੇ ਉਸ ਪੂਰਨ ਪ੍ਰਭੂ ਦੀ ਅੰਦਰੋਂ ਪ੍ਰਾਪਤੀ ਹੋ ਜਾਂਦੀ ਹੈ ਕਬੀਰ ਜੀ ਕਹਿੰਦੇ ਨੇ ਉਸ ਤੀਰ ਨੂੰ ਅਸਾਂ ਤੰਦੀ ਤੇ ਚੜਾਇਆ ਤੇ ਗੁਰੂ ਕੇ ਸ਼ਬਦ ਦੀ ਕਮਾਈ ਕੀਤੀ ਹੈ ਜੇ ਦਹਿਦਿਸ ਬੂਢੀ ਪਵਨ ਚਲਾਵੇ ਡੋਰ ਰਹੀ ਲਿਵ ਲਾਈ ਕਹਿਣ ਲੱਗੇ ਦਹਿਦਿਸ ਬੂਢੀ ਪਵਨ ਚਲਾਵੇ ਡੋਲ ਡੋਲ ਰਹੀ ਲਿਵ ਲਾਈ ਜਿਹੜੀ ਪਤੰਗ ਸੀ ਇਸ ਮਨ ਦੇ ਆਕਾਸ਼ ਵਿੱਚ ਧਿਆਨ ਦੀ ਪਤੰਗ ਜਿਹੜੀ ਉੱਡ ਰਹੀ ਸੀ ਉਹ ਗੁਰੂ ਕੇ ਸ਼ਬਦ ਦੀ ਬਰਕਤ ਦੇ ਨਾਲ ਰੁਕ ਗਈ ਪਤੰਗ ਹਿਲਣੀ ਖਤਮ ਹੋ ਗਈ ਜਿਵੇਂ ਧਰਤੀ ਤੋਂ ਆਕਾਸ਼ ਵਿੱਚ ਪਤੰਗ ਉਡਾਇਆ ਗਿਆ ਸੀ ਝੁਲਦੀ ਸੀ ਇਸ ਤਰ੍ਹਾਂ ਬੰਦੇ ਦੇ ਹਿਰਦੇ ਤੋਂ ਧਿਆਨ ਦੀ ਪਤੰਗ ਉਡਾਈ ਜਾਂਦੀ ਹੈ ਪਰ ਉਹ ਗੁਰੂ ਕੇ ਸਵਾਰੋਂ ਹਿਲਦੀ ਰਹਿੰਦੀ ਧਿਆਨ ਵਿਚਾਰ ਚੱਲਦੇ ਰਹਿੰਦੇ ਨੇ ਕਹਿਣ ਲੱਗੇ ਮਨ ਇਸ ਤਰ੍ਹਾਂ ਹੋ ਗਿਆ ਜਿਵੇਂ ਆਕਾਸ਼ ਵਿੱਚ ਪਤੰਗ ਟਿਕ ਜਾਂਦੀ ਏ ਔਰ ਇਕਾਗਰ ਮਨ ਦੀ ਨਿਸ਼ਾਨੀ ਕਬੀਰ ਜੀ ਦੱਸ ਰਹੇ ਹਨ ਓਨ ਮਨ ਮਨੁਆ ਸੁਨ ਸਮਾਨਾ ਦੁਬਦਾ ਦੁਰਮਤ ਭਾਗੀ ਕਹਿਣ ਲੱਗੇ ਮਨ ਓਨ ਮਨ ਵਿੱਚ ਚਲਾ ਗਿਆ ਭਾਵ ਜਿੱਥੇ ਕੋਈ ਵਿਚਾਰ ਨਹੀਂ ਹੁੰਦੇ ਤੇ ਦੁਬਦਾ ਮਨ ਦੇ ਸ਼ੰਕੇ ਤੇ ਝੋਰਾ ਆਦਿ ਇਹ ਸਭ ਕੁਝ ਮਿਟ ਜਾਂਦਾ ਹੈ ਜੇ ਕਹੋ ਕਬੀਰ ਅਨਭਉ ਇੱਕ ਦੇਖਿਆ RAM ਨਾਮ ਲਿਬ ਲਾਗੀ ਇੱਕ ਅਨਭਉ ਦੇਖਿਆ ਅਨਭਉ ਦੇ ਅਰਥ ਨੇ ਤਜਰਬੇ ਵਿੱਚ ਆ ਗਿਆ ਕੈਤ ਕਬੀਰ ਅਨਪਾਉ ਇੱਕ ਦੇਖਿਆ ਉਹ ਤਜਰਬੇ ਵਿੱਚ ਆ ਗਿਆ ਉਸ ਨੂੰ ਵੇਖ ਲਿਆ ਉਹਨੂੰ ਹੰਡਾ ਲਿਆ ਤਸੱਲੀ ਆ ਗਈ ਵੀ ਕੁਝ ਹੈ ਕਬੀਰ ਜੀ ਨੇ ਸਾਰੇ ਸ਼ਬਦ ਦੇ ਅੰਦਰ ਮਨ ਦੀ ਉਸ ਅਵਸਥਾ ਨੂੰ ਬਿਆਨ ਕੀਤਾ ਹੈ ਕਿ ਜਿਹਦੇ ਅੰਦਰ ਗੁਰੂ ਕੇ ਸਵਾਰਿਓ ਮਨ ਕਿਵੇਂ ਟਿਕ ਸਕਦਾ ਹੈ ਸਹਿਬ ਕਿਰਪਾ ਕਰਨ ਇਸੇ ਤਰ੍ਹਾਂ ਕੱਲ ਧੰਨ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਜੀ ਦਾ ਪ੍ਰਕਾਸ਼ ਗੁਰਪੁਰਬ ਹੈ ਇਸ ਸਬੰਧ ਵਿੱਚ ਕੱਲ ਸਾਰਾ ਦਿਨ ਦੀਵਾਨ ਸਜਨੇ ਨੇ ਬਾਰੂ ਆਏ ਗੁਰਮੁਖ ਪਿਆਰੇ ਆਪ ਜੀ ਨੂੰ ਕੱਲ ਦੇ ਦੀਵਾਨਾਂ ਵਿੱਚ ਰਾਤ ਦੇ ਦੀਵਾਨ ਵਿੱਚ ਪਾਈ ਸਭ ਭਾਈ ਅਰਸ਼ਦੀਪ ਸਿੰਘ ਜੀ ਅਖੰਡ ਕੀਰਤਨੀ ਵਾਲੇ ਬੀਬੀ ਮਨਦੀਪ ਕੌਰ ਜੀ ਖਾਲਸਾ ਔਰ ਗੁਰੂ ਕੇ ਸਿਵਾਰੇ ਗੁਰਦੁਆਰਾ ਸਾਹਿਬ ਜੀ ਦੇ ਹਜ਼ੂਰੀ ਰਾਗੀਆਂ ਰਾਗੀਆਂ ਤੋਂ ਇਲਾਵਾ ਭਾਈ ਸਾਹਿਬ ਭਾਈ ਦਲਬੀਰ ਸਿੰਘ ਜੀ ਹਜ਼ੂਰੀ ਰਾਗੀ ਸ਼੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਵਾਲੇ ਰਾਤ ਨੂੰ 9 ਤੋਂ 10 ਵਜੇ ਤੱਕ ਗੁਰਬਾਣੀ ਕੀਰਤਨ ਦੁਆਰਾ ਨਿਹਾਲ ਕਰਨਗੇ। ਇਹਨਾਂ ਤੋਂ ਬਾਅਦ ਗੁਰੂ ਕੇ ਸਵਾਰਿਓ ਭਾਈ ਹਰਮਿੰਦਰ ਸਿੰਘ ਜੀ ਲिटल ਗੁਰਦੁਆਰਾ ਮਾਤਾ ਕੌਲਾ ਜੀ ਅੰਮ੍ਰਿਤਸਰ ਭਾਈ ਜਗਤਾਰ ਸਿੰਘ ਜੀ ਹਜ਼ੂਰੀ ਰਾਗੀ ਸ਼੍ਰੀ ਦਰਬਾਰ ਸਾਹਿਬ ਵਾਲੇ ਇਹ ਗੁਰਮੁਖ ਪਿਆਰੇ ਪਹੁੰਚ ਕੇ ਧੰਨ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਜੀ ਦੇ ਪ੍ਰਕਾਸ਼ ਪੁਰਬ ਦੇ ਸੰਬੰਧ ਵਿੱਚ ਆਪ ਜੀ ਨੂੰ ਗੁਰਬਾਣੀ ਕੀਰਤਨ ਦੁਆਰਾ ਨਿਹਾਲ ਕਰਨਗੇ ਸਮੂਹ ਸਾਧ ਸੰਗਤ ਦੇ ਚਰਨਾਂ ਵਿੱਚ ਬੇਨਤੀ ਹੈ ਪਹੁੰਚ ਕੇ ਸਤਿਗੁਰੂ ਜੀ ਦੀਆਂ ਖੁਸ਼ੀਆਂ ਪ੍ਰਾਪਤ ਕਰੋ ਇਹਨੀਆਂ ਬੇਨਤੀਆਂ ਪ੍ਰਵਾਨ ਕਰਨੀਆਂ ਬੇਅੰਤ ਭੁੱਲਾਂ ਦੀ ਖਿਮਾ ਵਾਹਿਗੁਰੂ ਜੀ ਕਾ ਖਾਲਸਾ ਵਾਹਿ